चिड़िया हस खेड लैन हुण मुंह लटका के ना बैठो कोई ना चोगाओ पता लगे व्याह वाला कार्या भाभी ए दीदी पांदी सहेली आई हुई है मनदीप शहरी कुड़ी आ पर कल दी सानू सारिया पिंड वालिया नु नच नच के मोहरे लाई फिर दी है ਹੁਣ ਵੀ ਬਾਹਰ ਨੱਚਣ ਦੀਆਂ ਤਿਆਰੀਆਂ ਕਰੀ ਜਾਂਦੀ ਹੈ ਓਏ ਤੈਨੂੰ ਲੜਨ ਕੱਕੀਆਂ ਕੀੜੀਆਂ ਐਵੇਂ ਤਾਂ ਨਹੀਂ ਲੋਕ ਮੈਨੂੰ ਮੱਸਾ ਚਿੱਚੜ ਕਹਿੰਦੇ ਇੱਕ ਵਾਰ ਜਿਹਨੂੰ ਚਿੰਬੜ ਜਾਵਾਂ ਉਹਦੀ ਬਾਂ ਬਾਂ ਕਰਵਾ ਦਿੰਦਾ ਓਏ ਮੈਂ ਤਾਂ ਦਾਜ ਪਿੱਛੇ ਖੜੇ ਖੜੋਤੇ ਲੋਕਾਂ ਦੇ ਘਰ ਬਾਰ ਵਿਕਵਾ ਤੇ ਤੈਥੋਂ ਵਿਚੋਲਪੜੇ ਦੀ ਫੀਸ ਨਹੀਂ ਲੈਣੀ ਤੈਨੂੰ ਸਭ ਕੁਝ ਦਵਾ ਕੇ ਲਿਆਉਂ ਉਹ ਮੈਨੂੰ ਤਾਂ ਜੱਟ ਐਵੇਂ ਹੀ ਲੱਗਦਾ ਕਿਤੇ ਕੁੜੀ ਨੂੰ ਕੱਲੀ ਅਲਮਾਰੀ ਪੇਟੀ ਦੇ ਕੇ ਨਾ ਤੋੜ ਦੇ ਤੂੰ ਕਿਹੜਾ ਪਹਿਲਾਂ ਕੋ ਗੱਲ ਖੋਲੀ ਆ ਓਏ ਮੈਂ ਕਦੇ ਠੰਡੀ ਗੱਲ ਨਹੀਂ ਕਰਦਾ ਹਮੇਸ਼ਾ ਗਰਮ ਲੋਹੇ ਤੇ ਸੱਟ ਮਾਰਦਾ ਗਰਮ ਲੋਹੇ ਤੇ ਹਰ ਗੱਲ ਦਾ ਟਾਈਮ ਹੁੰਦਾ ਬਸ ਤੂੰ ਆਕੜ ਕੇ ਖੜਾ ਰਹੀ ਤੇ ਮੇਰੀ ਹਿਲਦੀ ਧੌਣ ਵੱਲ ਵੇਖੀ ਤੇ ਜਦ ਤੱਕ ਮੈਂ ਹਾਂ ਨਾ ਕਹਾ ਨਾ ਧੌਣ ਨਾ ਢਿੱਲੀ ਕਰੀ ਓਏ ਅਸੀਂ ਪੰਜਾਬ ਵਾਲੇ ਤਾਂ ਆਪਣੀ ਨੱਕ ਖਾਤਰ ਸਭ ਕੁਝ ਵੇਚ ਦਿੰਦੇ ਆ ਆਪਣੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਸਰਦਾਰ ਕਰਤਾਰ ਸਿੰਘ ਆਨੰਦ ਕਾਰਜਾਂ ਦਾ ਟਾਈਮ ਹੋ ਗਿਆ ਇਸ ਵੇਲੇ ਮੇਰੇ ਨਾਲ ਐ ਨਾ ਕਰ ਮੇਰੀ ਪੱਗ ਰੋਲ ਜੂ ਉਹ ਤੇਰੀ ਪੱਗ ਦਾ ਮੈਂ ਕੀ ਕਰਾਂ ਮੇਰੀ ਵੀ ਤਾਂ ਕੋਈ ਇੱਜ਼ਤ ਹੈ ਆਮਰੇ ਰਿਸ਼ਤੇਦਾਰ ਕੀ ਕਹਿਣਗੇ ਕਿ ਮੁੰਡਾ ਲੰਗਾ ਦੇ ਵਿਆਹ ਲਿਆ ਕਾਰ ਬਿਨਾ ਹੁਣ ਵਿਆਹ ਨਹੀਂ ਹੋਣਾ ਭਾਈ ਜੀ ਮੈਂ ਗਰੀਬ ਜਿੰਨੇ ਜੋਗਾ ਸੀ ਉਹਨਾਂ ਕਰ ਰਿਹਾ ਕਾਰ ਦੇਣਾ ਮੇਰੇ ਵਾਸਤੇ ਦਾ ਕੰਮ ਨਹੀਂ ਮੋਟਰਸਾਈਕਲ ਤਾਂ ਦੇ ਹੀ ਰਿਹਾ ਨਾ ਓਏ ਮੋਟਰਸਾਈਕਲ ਤਾਂ ਅੱਜਕੱਲ ਲੰਡੀ ਪੁੱਚੀ ਨੂੰ ਮਿਲ ਜਾਂਦਾ ਮੇਰਾ ਮੁੰਡਾ ਮਾਸਟਰ ਹੈ ਮਾਸਟਰ ਪੂਰੇ 15,000 ਰੁਪਏ ਮਹੀਨੇ ਦਾ ਕੁੜਦਾ ਜਾਂ ਤਾਂ ਕਾਰ ਵਾਸਤੇ ਹਾਂ ਕਰ ਦੇ ਨਹੀਂ ਤਾਂ ਬਰਾਤ ਵਾਪਸ ਜਾਊਗੀ ਐ ਕਿਸ ਤਰ੍ਹਾਂ ਬਰਾਤ ਵਾਪਸ ਚਲੀ ਜਾਊਗੀ ਅਸੀਂ ਵੀ ਤਾਂ ਪਿੰਡ ਵਸਦੇ ਹਾਂ ਪਿੰਡ ਦੀ ਇੱਜ਼ਤ ਕਿਸ ਤਰ੍ਹਾਂ ਰੋਲਣ ਦੇ ਦੀ ਆਹ ਗੱਲ ਤਾਂ ਬਾਈ ਰਣਜੀਤ ਸਿੰਘ ਠੀਕ ਨਹੀਂ ਮੰਨਿਆ ਕਿ ਤੂੰ ਵੱਡਾ ਬੰਦਾ ਹੈ ਪਰ ਐਂ ਧੱਕਾ ਤੇ ਨਾ ਕਰ ਧੱਕਾ ਕੀ ਇਹ ਤਾਂ ਹੱਕ ਇਨਸਾਫ ਦੀ ਗੱਲ ਹੈ ਭਾਈ ਹੱਕ ਇਨਸਾਫ ਦੀ ਗੱਲ ਤਾਂ ਉਹੀ ਹੋਊ ਜਿਹੜੀ ਦੋਨੋਂ ਧਿਰਾਂ ਨੂੰ ਮਨਜ਼ੂਰ ਹੋਊ ਇਹਨੂੰ ਮਨਜ਼ੂਰ ਸੀ ਤਾਂ ਆਪਣੇ ਪੁੱਤਰ ਦੇ ਸਿਰੇ ਬੰਨ ਕੇ ਇੱਥੇ ਲੈ ਕੇ ਆਇਆ ਇੱਥੇ ਆਇਆ ਤਾਂ ਮੈਂ ਆਪਣੇ ਪਿੰਡ ਵਾਪਸ ਵੀ ਜਾਣਾ ਹੈ ਕਾਰ ਬਿਨਾ ਤਾਂ ਮੇਰੀ ਨੱਕ ਜਮਾਂ ਹੀ ਵੱਢੀ ਜਾਊ ਜੇ ਤੁਹਾਨੂੰ ਆਪਣੇ ਪਿੰਡ ਦੀ ਇੱਜ਼ਤ ਦਾ ਨਹੀਂ ਫਿਕਰ ਹੈ ਤਾਂ ਕਾਰ ਤੁਸੀਂ ਦੇ ਦਿਓ ਠੀਕ ਹੈ ਜੇ ਤੂੰ ਇਹੋ ਜਿਹੇ ਵੇਲੇ ਮੂੰਹ ਟੱਡਿਆ ਤਾਂ ਇਹਨੂੰ ਭਰੂੰਗਾ ਵੀ ਮੈਂ ਤੈਨੂੰ ਕਾਰ ਮਿਲ ਜਾਊ ਆ ਹੋਈ ਨਾ ਸਰਦਾਰਾਂ ਵਾਲੀ ਗੱਲ ਬਈ ਬੜੀ ਪਿਉਂਕੇ ਜੁੱਤੀ ਮਾਰੀ ਹੈ ਇਹਦੇ ਲੜਨ ਕੱਕੀਆਂ ਕੀੜੀਆਂ ਪਰ ਕਾਰ ਮਿਲੂ ਕਦੋਂ ਤੁਸੀਂ ਆਨੰਦ ਕਾਰਜ ਤਾਂ ਕਰਵਾਓ ਸ਼ਾਮ ਨੂੰ ਡੋਲੀ ਨਵੀਂ ਕਾਰ ਤੇ ਵਿਦਿਆ ਕਰਾਂਗੇ ਮਨ ਗਿਆ ਵੀ ਤੈਨੂੰ ਲੋਕ ਤੈਨੂੰ ਠੀਕ ਚਿੱਚੜ ਕਹਿੰਦੇ ਆ ਓਏ ਮੇਰੇ ਪੈਸੇ ਕੱਢ ਪੈਸੇ ਤੈਨੂੰ ਲੜਨ ਕੱਕੀਆਂ ਕੀੜੀਆਂ ਓਏ ਤੇਰਾ ਕਰ ਦਾਜ ਨਾਲ ਭਰਤਾ ਓ ਤੂੰ ਤਾਂ ਲੈ ਹੁਣ ਕਰ ਦੇ ਉਲਟੇ ਮਸਿਆ ਇੱਕ ਗੱਲ ਦੱਸ ਯਾਰ ਲੋਕਾਂ ਨੂੰ ਤੂੰ ਇੰਨਾ ਇੰਨਾ ਦਾਜ ਦਵਾਉਂਦਾ ਹੈ ਆਪਣੀ ਧੀ ਨੂੰ ਕੀ ਦੇਗਾ ਦਾਜ ਉਹ ਵੀ ਮੈਂ ਦਊਂਗਾ ਨਾ ਤਾਂ ਫਿਰ ਮੈਨੂੰ ਮੱਸਾ ਚਿੱਚੜ ਕੌਣ ਕਹੂ ਉਹ ਜੇ ਮੁੰਡੇ ਵਾਲਿਆਂ ਕੋਲੋਂ ਕੁਛ ਲੈ ਕੇ ਵਿਖਾਵਾਂ ਤਾਂ ਤਮਾਸ਼ਾ ਨਵਾਂ ਕੇ ਪੁਰਾਣਾ ਹਾਂ ਤਮਾਸ਼ਾ ਤਾਂ ਨਵਾਂ ਹੀ ਹੋਊਗਾ ਪਰ ਤੈਨੂੰ ਇਹੋ ਜਿਹਾ ਮੁੰਡਾ ਲੱਭੂਗਾ ਕਿੱਥੋਂ ਲੱਭੂਗਾ ਨਹੀਂ ਲੱਭ ਲਿਆ ਮੇਰੇ ਯਾਰ ਤੂੜਕੋਟ ਵਾਲੇ ਮਾਸਟਰ ਦਾਰਾ ਸਿਉਂ ਦਾ ਮੁੰਡਾ ਗੈਬੀ ਬੜੀ ਉੱਚੀ ਪੜ੍ਹਾਈ ਪੜ੍ਹ ਗਿਆ ਆਪਣੀ ਧੀ ਪੱਪੀ ਦਾ ਵਿਆਹ ਉਹਦੇ ਨਾਲ ਕਰਦਾ ਹਾਂ ਫਿਰ ਆਪਣਾ ਵੀ ਤੋਰੀ ਬੁਲਕਾ ਉੱਤੇ ਹੀ ਚੱਲੀ ਜਾਊ ਓਏ ਮੁੰਡੇ ਦੀ ਮਾਂ ਜਗੀਰੋ ਰੋਟੀਆਂ ਲਾਇਆ ਕਰੂ
ते मैं बैठ के गरम गरम खाया करूं। मेरा नाम जगीर कौर है, मैं पटवारी दी थी, कोई मखौल नहीं। रोटी ना मैं तेन होने कि परौठे खुआनिया सद्या, तू तो सवेरे सवेरे उठते ही चूल्हे वाल चक लग जाना। मैं ता ओदो रोटी पकाऊं जद मेरा पुत गैवी आऊगा खान नू, ओदो तेरा मत्था भी डम दूं। ओए ओए मैं रोटी मां के गलती कर ली, तेरा करला होया करता कोई दिहाड़ीदार नहीं, गैवी दा की पता कदों रोटी खाया करता, मैनूं तां हुण भुख लगी है। भुख ता तेरी पूरी होनी नहीं, 20 साल हो गए तेनूं ला ला के रोटियां खोंदी नूं, तू ना रज्या सब तक करके चिमटा ला दिया तेरी जीव नूं, फेर भावां तेरी भुख मर जे। आहो ए कसर भी पूरी कर ला चिमटे वाली, हो तेरे अर्गी अड़बजना नहीं कर भी की सकती है, माड़ा जा बुला लो सी, फिर मुरो गिठ दी जवान कटके कचर कचर करया करती है, फिर टुटे छितरंगू बाती जाऊ। ना तू मेनू टुटे छितर आखे, तू होवे कौन एडी गल करन वाला। ए गल पुछ अपने पटवारी प्यो नु जिने तेनू मेरे मगर लाया सी। मर गी वे, वे लोको में मर गी, वे मेरे स्वर्गा जवास दे प्यो नु फड़दे। ਸੁਰਗਾ ਚ ਨੀ ਨਰਕਾਂ ਚ ਤਾਂ ਕੇ ਖਾਇਆ ਕਰਦਾ ਤੇਰਾ ਬੜਾ, ਤੇਰੇ ਅਰਗੀ ਚੁੜੇਲ ਮੇਰੇ ਪੱਲੇ ਪਾਤੀ। ਨਾ ਤੂੰ ਮੈਨੂੰ ਚੁੜੇਲ ਆਖਿਆ, ਹੁਣ ਮੈਂ ਤੈਨੂੰ ਚੁੜੇਲ ਬੋਲ ਕੇ ਵਿਖਾਉਂ, ਕੱਚਾ ਖਾ ਜੂ ਤੈਨੂੰ। ਬਸ ਕਰ ਬੀਬੀ ਬਸ, ਕਿਉਂ ਰੋਲਾ ਪਾਇਆ? ਵੇਖ ਨਾ ਪੁੱਤਰਾ, ਤੇਰਾ ਪਿਓ ਕਦੇ ਮੈਨੂੰ ਟੁੱਟਿਆ ਛਿੱਤਰ ਕਹਿੰਦਾ ਤੇ ਕਦੇ ਚੁੜੇਲ, ਤੇ ਤੂੰ ਜਿਹੜੇ ਪ੍ਰਵਚਨ ਕੀਤੇ ਉਹ ਵੀ ਦੱਸ ਦੇ, ਆ ਦੇਖ ਲੈ ਗੈਵੀ ਪੁੱਤਰ ਮੇਰਾ ਕੀ ਹਾਲ ਕਰਿਆ ਕਰਦੀ ਹੈ। ਪਰ ਪਾਪਾ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਤੁਸੀਂ ਇਹਨਾਂ ਤੋਂ ਡਰਦੇ ਕਿਉਂ? ਮੈਂ ਕਿਤੇ ਡਰਦਾ, ਇਹ ਡਰਾਇਆ ਕਰਦੀ ਹੈ। ਮੈਂ ਤੈਨੂੰ ਕੀ ਆਖਿਆ? ਬਸ ਕਰ ਬੀਬੀ ਬਸ, ਆਂਢ ਗੁਆਂਢ ਸੁਣਦੇ ਹੋਣਗੇ ਕੀ ਕਹਿਣਗੇ। ਮੈਂ ਨਹੀਂ ਡਰਦੀ ਆਂਢ ਗੁਆਂਢ ਤੋਂ, ਆਂਢ ਗੁਆਂਢ ਕਿਹੜਾ ਮੇਰੀ ਕੰਧ ਢਾ ਦੇਣਗੇ। ਉਹ ਬਸ ਕਰ ਬੀਬੀ ਰਹਿਣ ਦੇ, ਨਾਲੇ ਤੂੰ ਕਿਸੇ ਤੋਂ ਕਿਉਂ ਡਰਨਾ, ਅਸੀਂ ਜੋ ਤੈਥੋਂ ਡਰਦੇ ਆ। ਪਾਪਾ ਜੀ ਮੈਂ ਬੁਰਜ ਤਾਈ ਚੱਲਿਆ, ਬਾਈ ਰਣਜੀਤ ਸਿੰਘ ਹੋਰਾਂ ਨੂੰ ਮਿਲ ਕੇ ਆਉਣਾ। ਜਾ ਪੁੱਤ ਜਾ, ਜਰੂਰ ਜਾ, ਪਰ ਤੂੰ ਹੁਣ ਰੋਟੀ ਖਾ ਕੇ ਜਾਈ। ਖਾ ਲੈ ਪੁੱਤ ਖਾ ਲੈ, ਮੈਨੂੰ ਤਾਂ ਖਵਾ ਦਿਆਂ ਦੇ ਸੀਗੇ ਉਹਨਾਂ ਚੋਪੜ ਕੇ, ਹੁਣ ਤਾਂ ਤੂੰ ਹੀ ਰਿਹਾ ਕਰਦਾ। ਵੇ ਤੂੰ ਫੇਰ ਬੋਲਿਆ। ਬੀਬੀ ਮੈਨੂੰ ਭੁੱਖ ਨਹੀਂ, ਮੈਂ ਆ ਕੇ ਖਾ ਲੂੰਗਾ। ਇੱਕ ਮਿੰਟ ਪੁੱਤ, ਮੈਨੂੰ ਵੇਖ ਤਾਂ ਲੈਂਦੇ, ਤੂੰ ਸੋਹਣਾ ਤਾਂ ਲੱਗਦਾ ਨਾ। ਹਾਏ ਕਿਤੇ ਨਜ਼ਰ ਹੀ ਨਾ ਲੱਗ ਜੇ, ਕਿੰਨਾ ਸੋਹਣਾ ਲੱਗਦਾ ਮੇਰਾ ਪੁੱਤ। ਦੇਖ ਲੈ ਰਣਜੀਤ ਸਿੰਘ ਦਾ ਨਾਂ ਸੁਣ ਕੇ ਕਿਵੇਂ ਬਾਦਸ਼ਾਹ ਖਿੜੀਆਂ ਨੇ। ਨਾ ਖਿੜਨ ਨਾ, ਤੈਨੂੰ ਕੋਗੜ ਨੂੰ ਕੀ ਪਤਾ ਹੈ ਮੇਰੀਆਂ ਸਕੀਮਾਂ ਦਾ? ਸਭ ਪਤਾ ਮੈਨੂੰ, ਮੈਂ ਸਭ ਸਮਝਿਆ ਕਰਦਾ। ਆ ਫੱਤੋ ਮਰਾਸਣ ਸੁਪਨੇ ਮਹਿਲਾਂ ਦੇ। ਕੀ ਆਖਿਆ? ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਫੇਰੀ ਪੈਣਾ ਬਾਈ ਜੀ। ਜਿਉਂਦਾ ਫੇਰ ਅੱਗੇ ਕੀ ਸੋਚਿਆ? ਬਾਈ ਜੀ ਸੋਚਿਆ ਤਾਂ ਬਹੁਤ ਕੁਛ ਹੈ, ਪਰ ਸੰਗਦਾ ਕਿਉਂ ਹੈ? ਖੁੱਲ ਕੇ ਗੱਲ ਕਰ। ਵੇਖ ਜਦ ਤੂੰ ਦਸਵੀਂ ਵਿੱਚੋਂ ਅਵਲ ਆਇਆ ਸੀ ਨਾ, ਅਸੀਂ ਉਦੋਂ ਹੀ ਤੇਰੇ ਮਾਪਿਆਂ ਨਾਲ ਇਹ ਵਾਅਦਾ ਕਰ ਲਿਆ ਸੀ ਕਿ ਤੇਰੀ ਆਉਣ ਵਾਲੀ ਪੜ੍ਹਾਈ ਦਾ ਖਰਚਾ ਅਸੀਂ ਦੇਵਾਂਗੇ। ਬਾਈ ਜੀ ਤੁਹਾਡੀ ਮਿਹਰ ਨਾਲ ਮੈਂ ਇੰਜੀਨੀਅਰਿੰਗ ਤਾਂ ਪੂਰੀ ਕਰ ਲਈ, ਪਰ ਮੈਂ ਅੱਗੇ ਸੋਚਦਾ ਸੀ ਕਿ ਆਪਣੀ ਹਾਇਰ ਸਟੱਡੀਜ਼ ਲਈ ਫੋਰਨ ਚਲੇ ਜਾਂ, ਤੇ ਤੁਹਾਨੂੰ ਤਾਂ ਪਤਾ ਹੀ ਹੈ ਬਾਈ ਜੀ, ਉੱਥੇ ਖਰਚਾ ਲੱਖਾਂ ਦੇ ਵਿੱਚ। ਲੈ ਦੱਸ ਫੇਰ ਕੀ ਹੋਇਆ ਜੇ ਖਰਚਾ ਲੱਖਾਂ ਦਾ? ਇਹ ਸੋਚਣਾ ਤੇਰਾ ਨਹੀਂ ਸਾਡਾ ਕੰਮ ਹੈ, ਤੂੰ ਤਾਂ ਬਸ ਬਾਹਰ ਜਾਣ ਦੀ ਤਿਆਰੀ ਕਰ। ਅਸੀਂ ਕੌਣ ਹੁੰਨੇ ਆ ਕਿਸੇ ਨੂੰ ਕੁਝ ਦੇਣ ਵਾਲੇ? ਇਹ ਤਾਂ ਉੱਪਰ ਵਾਲਾ ਹੈ ਜਿਹਨੇ ਤੇਰੇ ਤੇ ਇੰਨੀ ਮਿਹਰ ਕੀਤੀ ਹੈ, ਅਸੀਂ ਤਾਂ ਸਿਰਫ ਜ਼ਰੀਆ ਬਣੇ ਆ। ਗੱਡੀ ਤਿਆਰ ਹੈ ਸਰਦਾਰ ਜੀ। ਠੀਕ ਹੈ ਗੈਵੀ, ਮੈਂ ਸ਼ਹਿਰ ਵਕੀਲ ਨੂੰ ਮਿਲ ਕੇ ਆਉਣਾ। ਬਾਈ ਜੀ ਇਹ ਉਹੀ ਪ੍ਰਤਾਪੋਰ ਵਾਲਾ ਕੇਸ ਹੈ? ਕੀ ਦੱਸੀਏ ਗੈਵੀ, ਬਸ ਮਾੜੇ ਬੰਦਿਆਂ ਨਾਲ ਵਾਹ ਪੈ ਗਿਆ। ਪਹਿਲਾਂ ਸਾਡੀਆਂ ਮਿੰਨਤਾਂ ਕਰਦੇ ਸੀ ਕਿ ਜ਼ਮੀਨ ਸਾਨੂੰ ਠੇਕੇ ਤੇ ਦੇ ਦਿਓ, ਸਾਡੇ ਨਾਲ ਲੱਗਦੀ ਹੈ। ਅਸੀਂ ਵੀ ਸੋਚਿਆ ਪਿੰਡੋਂ ਇੰਨੀ ਦੂਰ ਹੈ, ਕਿੱਥੇ ਜਾ ਕੇ ਵਾਹਾਂਗੇ, ਪਰ ਜਦੋਂ ਦੇ ਜੀਟੀ ਰੋਡ ਵਾਲੀਆਂ ਜ਼ਮੀਨਾਂ ਦੇ ਭਾਅ ਵਧਿਆ, ਉਹਨਾਂ ਦੇ ਮਨ ਹੀ ਬੇਈਮਾਨ ਹੋ ਗਏ। ਕਬਜ਼ੇ ਦਾ ਕੀ ਹੈ? ਕਬਜ਼ਾ ਤਾਂ ਮੈਂ ਹੱਥ ਨੂੰ ਲੈ ਲਵਾਂ, ਇੱਕ ਵਾਰ ਮੈਂ ਜ਼ਮੀਨ 'ਚ ਜਾ ਕੇ ਖੜ ਜਾਵਾਂ ਤਾਂ ਉਹਨਾਂ ਨੂੰ ਭਾਈਦਿਆਂ ਨੂੰ ਬਾਹਰ ਨਹੀਂ ਥਿਉਂਦੇ, ਪਰ ਇਹ ਨਿਰਮਲ ਤੇ ਉਹਦੇ ਮੇਰੀ ਦਾਲ ਨਹੀਂ ਗੱਲ ਦਿੰਦੇ। ਇਹਨਾਂ ਲੜਾਈ ਝਗੜਿਆਂ ਤੋਂ ਅੱਜ ਤੱਕ ਕਿਸੇ ਨੇ ਕੁਝ ਖੱਟਿਆ?
सानू कानून ते पूरा भरोसा है, जब जमीन साड़ी है तो सानू ही मिलनी है। अच्छा भाई छोटे, तू खाना खा के जाए। ठीक है जी। निर्मल कुरे, मुंडे नू रोटी खुआ के गली। चंगा जी। अच्छा जी। रावी रावी दस्तेकार अंकल जी, ले भाई आज तो बड़ा कुआया बैठा कताबा खाना। अंकल जी वो आज आप ता पढ़े नहीं तो उन्हें कताबा खाना कहंदे हैं। अच्छा, मैनू तो वड्डे भाई ने पढ़ नहीं दिता, कहंदा एवी मेरी लाडली जी भैन नू मास्टर नियां जियां कुट्टी जानदियां, नाले इन्हें कहना पढ़ के डी ही लगना। तेनू तो पता है ना मेरे घर दे मैनू किन्ना प्यार करदे ने। माड़ी जी छिक आ जाए, सारे जहान दे डॉक्टर सद लेंदे ने। चंगा चंगा, एदी रोटी पानी दा प्रबंध कर, इन्हें जाना है फिर। ठीक है भाभी, मैं इनू रोटी खवा देनी आ, पर फिर ए मैनू इन्हां दी भेंट मेरी सहेली दे घरे छड्ड के आऊगा। अज मेरा उन्हू मिलन दा वादा है। भैन जी आ उदे नजर नहीं आ रहा अज। कॉलेज टूर ते गया दोस्तां नाल। नाराज लगती है ओ मास्टर दारा जहां, इन्हू खुश रखिया कर खुश। वे मैं खुशी हां, तू बह जा आराम नाल, हुण मैं थोके होर श्लोक ना सुन ली। चल छड्ड, एदे नाल कानू सिंह पसाउना है। तू मस्सा सिया मैनू आए दस भी चाह पिया करते हैं एक दुध। दुध जिवे बूरी बनी होवे इत्थे। ओ चाह दुध दा की है, मैनू तो पता लग्या सी गैबी आ गया शहरों पढ़ के। हां आ गया। वे तेरे अर्गे कड़मे देता मैं अपने पुत नू मत्थे ना लगन देवा, तू करौना की हो तो। ना मैं की करौना ओदे कोलों, मैं तां सोचया सी ਬਈ ਮੁੰਡੇ ਨੂੰ ਮਿਲ ਆਉਨੇ ਆ ਨਾਲੇ ਆਸ਼ੀਰਵਾਦ ਦੇ ਆਉਨੇ ਆ। ਨਾ ਆਸ਼ੀਰਵਾਦ ਦੇਣ ਨੂੰ, ਤੂੰ ਕੋਈ ਉੱਚੇ ਡੇਰੇ ਵਾਲਾ ਸੰਤ ਹੈ। ਉਹ ਚੱਲ ਯਾਰ ਮੱਸਿਆ ਪੱਤੇ ਵੰਡ, ਬਾਜੀ ਲਾਇਆ ਕਰਦੇ ਆ, ਆ ਗਏ ਵੀ ਕਿਤੇ ਨੇੜੀ ਗਿਆ, ਬਸ ਆਉਣ ਵਾਲਾ ਹੀ ਹੋਣਾ। ਇੱਕ ਗੱਲ ਤਾਂ ਦੱਸ ਗਿਆ ਵੀ, ਉੱਥੇ ਕਾਲਜ ਵਿੱਚ ਤੇਰੇ ਨਾਲ ਕੁੜੀਆਂ ਵੀ ਪੜ੍ਹਦੀਆਂ ਸੀ। ਬਸ ਇੰਨੀ ਗੱਲ ਪੁੱਛਣ ਲਈ ਮੈਨੂੰ ਰਾਹ 'ਚ ਰੋਕ ਲਿਆ। ਤੂੰ ਦੱਸਦੇ ਸਹੀ? ਹਾਂ ਪੜ੍ਹਦੀਆਂ ਸੀ। ਅੱਛਾ, ਫੇਰ ਤਾਂ ਸਾਰਾ ਦਿਨ ਤੂੰ ਉਹਨਾਂ ਵੱਲ ਵੇਖਦਾ ਰਹਿੰਦਾ ਹੋਣਾ। ਨਾ ਬਈ, ਆਪਣਾ ਤਾਂ ਸਾਰਾ ਦਿਨ ਧਿਆਨ ਪੜ੍ਹਾਈ 'ਚ ਰਹਿੰਦਾ ਸੀ। ਉਹ ਤਾਂ ਮੈਨੂੰ ਪਤਾ ਕਿ ਤੂੰ ਤਾਂ ਨੀਰਾ ਆਟੇ ਦਾ ਘੁੱਗੂ ਹੈ, ਤੂੰ ਕਿੱਥੇ ਕਿਸੇ ਦੇ ਦਿਲ ਦੀ ਗੱਲ ਸਮਝਦਾ ਹੈ। ਤੈਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਕਿ ਮੈਂ ਤੈਨੂੰ ਇੱਥੇ ਰਾਹ ਵਿੱਚ ਕਿਹੜੀ ਗੱਲ ਕਰਨ ਲਈ ਰੋਕਿਆ। ਮੈਂ ਸਭ ਸਮਝਦਾ ਰਾਵੀ, ਪਰ ਤੇਰਾ ਮੇਰਾ ਕੋਈ ਮੇਲ ਨਹੀਂ। ਕਿਉਂ, ਮੈਂ ਅਨਪੜ੍ਹ ਹਾਂ ਇਸ ਲਈ? ਨਹੀਂ ਨਹੀਂ ਕਮਲੀਏ, ਕਿੱਦਾਂ ਦੀਆਂ ਗੱਲਾਂ ਕਰਦੀ ਹੈ? ਇਸ ਲਈ ਕਿ ਤੂੰ ਜਿਸ ਭਰਾ ਦੇ ਸਿਰ ਦਾ ਤਾਜ ਹੈ, ਮੇਰੀ ਨਜ਼ਰ ਤਾਂ ਉਸਦੀ ਜੁੱਤੀ ਦੀ ਨੋਕ ਤੋਂ ਉੱਪਰ ਜਾ ਹੀ ਨਹੀਂ ਸਕਦੀ। ਪੱਗ ਨੂੰ ਦਾਗ ਤਾਂ ਮੈਂ ਵੀ ਨਹੀਂ ਲਾਣਾ ਆਪਣੇ ਵੀਰ ਦੇ, ਪਰ ਮੈਂ ਤੈਨੂੰ ਇਹ ਪੁੱਛਣਾ ਕਿ ਜੇਕਰ ਬਾਈ ਜੀ ਹੋਰੀ ਤੇਰੇ ਨਾਲ ਮੇਰਾ ਰਿਸ਼ਤਾ ਕਰਨ ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ? ਤੇਰੇ ਵਰਗੀ ਸੋਹਣੀ ਕੁੜੀ ਨੂੰ ਨਾ ਕੌਣ ਕਰ ਸਕਦਾ ਰਵੀ। ਪਰ ਪੂਰ ਕੁਛ ਨਹੀਂ, ਜੇ ਤੇਰੀ ਹਾਂ ਹੈ ਤੇ ਭਾਬੀ ਨੂੰ ਕਹਿ ਕੇ ਬਾਈ ਜੀ ਨੂੰ ਮੈਂ ਆਪੇ ਮਨਾ ਲੂੰਗੀ। ਤੇਰੇ ਤਾਂ ਸੱਟ ਲੱਗੀ, ਚੱਲ ਚੱਲ ਘਰ ਚੱਲੀਏ। ਤੈਨੂੰ ਲੜਨ ਹੋਏ ਕੱਕੀਆਂ ਕੀੜੀਆਂ, ਆ ਬਣਾ ਦੇ ਤੇਰਾ। ਸਤਿ ਸ੍ਰੀ ਅਕਾਲ ਤਾਇਆ ਜੀ। ਓਏ ਬੱਲੇ 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 ਬੱਲੇ, ਸਤਿ ਸ੍ਰੀ ਅਕਾਲ ਸ਼ੇਰਾ। ਵੇਖੀ ਵੇ ਮੁੰਡੇ ਤੇ ਬੋਦੇ ਨਾ ਖਰਾਬ ਕਰਦੀ, ਤੂੰ ਪਰਾਂ ਬਾਹਰ ਜਾ ਕੇ। ਸਤਿ ਸ੍ਰੀ ਅਕਾਲ ਮਾਸੀ ਜੀ। ਹਾਏ ਨੀ ਮੇਰੀ ਰਾਣੀ ਧੀਏ, ਨੀ ਮੈਂ ਸਦ ਕੇ ਜਾਵਾਂ। ਵੇਖੀ ਬੜੇ ਦਿਨਾਂ ਬਾਅਦ ਗੇੜਾ ਮਾਰੇ, ਚੰਦ ਚੜਿਆ ਆ। ਹਾਏ ਕਿੰਨੀ ਸੋਹਣੀ ਲੱਗਦੀ ਹੈ, ਆ ਜਾ ਆ ਜਾ ਤੂੰ ਆ ਜਾ। ਲੱਗਦਾ ਹੁਣ ਤੂੰ ਪੂਰੀ ਮੰਨ ਲਈ ਹੈ ਘਰੇ। ਵੇ ਤੂੰ ਆਪਣੀ ਲੂਤਰਾ ਮੂੰਹ ਚ ਰੱਖ ਸੰਭਾਲ ਕੇ, ਤੂੰ ਦੱਸਦੀ ਕੀ ਲਿਆਵਾਂ ਤੇਰੇ ਲਈ। ਜੋ ਬੱਤੀਆਂ ਦੰਦਾਂ ਚੋਂ ਮੰਗੇਂਗੀ ਓਹੀ ਹਾਜ਼ਰ ਕਰ ਦੂੰ। ਓਏ ਹੋਏ ਬੀਬੀ, ਆ ਮੇਰੀ ਪੱਟੀ ਕਰ ਦੇ। ਤੂੰ ਠਹਿਰ ਜਾ ਪੁੱਤ, ਮੈਨੂੰ ਦੋ ਘੜੀਆਂ ਆਪਣੀ ਧੀ ਨੂੰ ਤਾਂ ਤੱਕ ਲੈਂਦੇ। ਕਿਆ ਵੀ ਤੂੰ ਇੱਥੇ ਬੈਠ, ਮੈਂ ਤੇਰੇ ਪੱਟੀ ਬੰਨ ਦਿੰਦੀ ਹਾਂ। ਕੁੜੀਏ ਪੱਟੀ ਤਾਂ ਤੂੰ ਵਾਵਾ ਬੰਨ ਲੈਣੀ ਆ, ਕਿਸੇ ਹਸਪਤਾਲ ਚ ਨੌਕਰੀ ਤਾਂ ਨਹੀਂ ਕਰਦੀ?
गैबी चंगा मासी जी मैं चलती हूँ। मैं भी डॉक्टर से पट्टी करा लूं। बेटू बुन्ना कौन है एटी गल के नाला तेरी लूत्रो वड़ के तेरे हाथ च ना रखदा जेड़ी अंदर ही नहीं वड़दी एदा प्रात तेरे अर्गे नू सीरी ना रखे। ओए मैनू पता है वड़े कर दी ती है पर तेरी की रिश्तेदारी है एदे नाल। फिर रिश्तेदारी भी बना के विखा दूं पटवारी दी तियां कोई मुखौल नहीं मैं अपना मुंडा ब्याह के विखाऊं। सुनदा दारा सिया आजादी कोड के ली ते शतीरा नू जफे वे किरली होगी तेरी माँ तेरी भैन तेरिया अगलिया पिछलिया तेरिया सत पुश्ता। ओए गल सुन पटवारी दी तीए दारा मेरा पुराना यार है ते मैं एक धी दा प्यो ही हां मेरी धी नू अपनी नूह बनाउण दा वादा कीता मास्टर ने कैवी दा ब्याह होएगा ता मेरी धी नाल। वे सौ चित्ता तेरी धी दे सिर च फुकरा जहान दा बे मैं तीन कपड़े च धू नहीं लियानी इस घर च मेरा पुत ता चेक है चेक अपनी मर्जी दी रकम लिख के कैश कराऊंगी मैं नाले रंजीत सिंह दा घर घर नहीं मेरे लिए बैंक है बैंक। गल सुन जगीर कोरे जिस स्कूल च तू पढ़ी है ना मैं उस स्कूल दा हेडमास्टर है हेडमास्टर जे मेरी तीस कर दी नूह ना बनी ता चेक कैश तेरा मैं भी नहीं होन दिया। वे चप्पड़ च मुंह तो जाके मैं ता रंजीत सिंह तो ट्रक पर पर के दाज दे लेने हैं ओ जिन्ना ने पराई तीनू कार देती ओ अपनी भैन नु की कुछ ना देवेगा। देवेगा जरूर देवेगा पर मैं तेरे करे कुछ नहीं आन देना मैनू मसा चिच्चर कहने हैं मेरे नाल मत्था ना ला। वे तू केड़ा मेरी कंध टा देगा कख रोल दो सारियां दे वे जा दफा होए थो। वे तू की बैठा पहाड़ी गांव वांगू चाकी जाना है ओया की जिन जा लाता है मेरे मगर और मुंह हो फुट मास्टर बोलना क्यों नहीं मसासिया मिलता तुसी दो ही सप लग्या कर दे देख दिया जहर किनू चढ़दी है। ओए मेरी धी दे रिश्ते बारे तू मेनू कॉल दिता सी कि नहीं। ਵੇ ਕਾਲ ਦਿੱਤਾ ਸੀ ਭਵੇਂ ਛੰਨਾ ਮੈਂ ਮੁੰਡਾ ਵਿਆਹਣਾ ਹੈ ਤਾਂ ਰੰਜੀਤ ਦੀ ਭੈਣ ਦੇ ਨਾਲ ਤੇ ਦਾਜ ਵੀ ਝੋਲੀਆਂ ਭਰ ਭਰ ਕੇ ਲੈਣਾ ਹੈ। ਰੰਜੀਤ ਤੇ ਕਰ ਮੁੰਡਾ ਵਿਆਹਣ ਦਾ ਖਿਆਲ ਛੱਡ ਦੇ ਬੀਬੀ ਕਿਤੇ ਆਪਣਾ ਮੂੰਹ ਕਾਲਾ ਨਾ ਕਰਾ ਬੈਠੀ। ਵੇ ਮੇਰਾ ਤਾਂ ਜਦੋਂ ਹੋਊਗਾ ਨਾ ਉਦੋਂ ਹੀ ਹੋਊਗਾ ਤੇਰਾ ਤਾਂ ਮੈਂ ਹੁਣੇ ਕਰਦੀ ਹਾਂ। चकीर कुरे मेरे मुंह दी कालस तेरी किस्मत दी कालस बन जानी है जे हुण मैं तेनू चैन नाल रहण दिता तां मैनू मसा चिच्चड़ कौन कहू तेनू लड़न ਕੱਕੀਆਂ ਕੀੜੀਆਂ। ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਇੱਕ ਕਿਉਂ ਦੋ ਕਰੋ ਬਾਦਸ਼ਾਹ। ਜੇ ਤਾਂ ਗੱਲ ਤੁਹਾਨੂੰ ਚੰਗੀ ਲੱਗੀ ਫਿਰ ਤਾਂ ਠੀਕ ਹੈ ਪਰ ਜੇ ਚੰਗੀ ਨਾ ਲੱਗੀ ਤਾਂ ਮੇਰੇ ਗੱਲ ਨਾ ਪਿਓ। ਮੈਂ ਅੱਗੇ ਵੀ ਤੇਰੇ ਕਦੇ ਗੱਲ ਪਏ। ਮੈਂ ਸੋਚਦੀ ਸੀ ਜੇ ਅਸੀਂ ਆਪਣੀ ਰਾਵੀ ਦਾ ਰਿਸ਼ਤਾ ਗੈਵੀ ਨਾ ਕਰ ਦਈਏ। ਚੰਗਾ ਪੜ੍ਹਿਆ ਲਿਖਿਆ ਮੁੰਡਾ ਹੈ ਨਾਲੇ ਤੁਹਾਨੂੰ ਵੀ ਪਸੰਦ ਹੈ। ਬਾਕੀ ਰਹੀ ਗੱਲ ਘਰ ਬਾਹਰ ਦੀ ਅਸੀਂ ਆਪਣੀ ਰਾਵੀ ਨੂੰ ਇੰਨਾ ਕੁ ਦੇ ਦਿਆਂਗੇ ਕਿ ਸਭ ਕੁਝ ਠੀਕ ਹੋ ਜਾਏਗਾ। ਊ ਤਾਂ ਠੀਕ ਹੈ ਪਰ ਸੁਣੇ ਬੁੜੀ ਬੜੀ ਭੈੜੀ ਹੈ ਬੜੀ ਲੜਾਕੀ ਦੱਸਦੇ ਹੈ। ਸੱਸਾ ਤਾਂ ਹਮੇਸ਼ਾ ਲੜਦੀ ਰਹਿੰਦੀ ਹੈ ਗੱਲ ਤਾਂ ਸਾਰੀ ਮੁੰਡੇ ਦੀ ਹੈ ਨਾਲੇ ਮੁੰਡਾ ਆਪਣਾ ਦੇਖਿਆ ਚੱਖਿਆ ਤੁਸੀਂ ਗੱਲ ਤਾਂ ਕਰਕੇ ਦੇਖੋ। ਗੱਲ ਗੁੱਲ ਤਾਂ ਖੈਰ ਕਰ ਲਾਂਗੇ ਪਰ ਗੈਵੀ ਕਿਤੇ ਇਹ ਹੀ ਨਾ ਸਮਝ ਲਏ ਕਿ ਆਪਾਂ ਉਹਨੂੰ ਦਿੱਤੀ ਹੋਈ ਮਦਦ ਦਾ ਕੋਈ ਮੁੱਲ ਮੰਗੀ ਜਾਂਦੇ। ਤੁਸੀਂ ਵੀ ਪਤਾ ਨਹੀਂ ਕੀ ਕੋਈ ਸੋਚਦੇ ਰਹਿੰਦੇ ਹੋ ਭਲਾ ਮੁੱਲ ਮੰਗਣ ਨੂੰ ਸਾਡੀ ਕੁੜੀ 'ਚ ਕੋਈ ਨੁਕਸ ਹੈ? ਨਹੀਂ ਬੇਜੀ ਨਹੀਂ ਇਹ ਵੀ ਝੂਠ ਬੋਲਦਾ ਹੈ ਮੈਂ ਤਾਂ ਉਹੀ ਖੜੀ ਸੀ ਮੈਂ ਕੋਈ ਗੱਲ ਨਹੀਂ ਸੁਣੀ ਸੱਚੀ।
ननान राणी है ओ ता तेरा चेहरा दसी जांदा है कि तू केड़ी गल सुनी है ते केड़ी नहीं सुनी पापी खा ले पुत खीर रज के खा ले तू होर बथेरी पई अपने कोल अच्छा वे मेनू एक गल ता दस उथे रंजीत से होरा दे कदे साडी गल भी चली है ਹੁਣ ਸਮਝਿਆ ਚਾਚੀ ਮੈਨੂੰ ਬਣਾ ਬਣਾ ਖੀਰ ਕਿਉਂ ਖਵਾਉਂਦੀ ਐ ਪਰ ਮੈਂ ਚੁਗਲੀ ਨਹੀਂ ਕਰਦਾ ਆ ਚੁਗਲੀ ਨੂੰ ਮੈਂ ਕਿਹੜਾ ਤੈਥੋਂ ਐਟਮ ਬੰਬ ਦਾ ਰਾਜ ਪੁੱਛ ਲਿਆ ਵੇ ਵੀ ਮੈਂ ਤਾਂ ਤੈਥੋਂ ਇੰਨਾ ਹੀ ਪੁੱਛਿਆ ਕਿ ਉੱਥੇ ਕਦੀ ਸਾਡੀ ਗੱਲ ਵੀ ਚੱਲੀ ਐ ਮੇਰੇ ਪੁੱਤ ਕੈਵੀ ਦਾ ਜ਼ਿਕਰ ਚੱਲਿਆ ਉੱਥੇ ਕਦੇ ਉਹ ਗੁਰਵਿੰਦਰ ਸਿੰਘ ਹੋਣਾ ਦਾ ਜ਼ਿਕਰ ਤਾਂ ਘਰੇ ਰੋਜ਼ ਹੀ ਚੱਲਦਾ ਅੱਛਾ ਨਹੀਂ ਮੈਂ ਬਾਰੀ ਜਾਵਾਂ ਅੱਛਾ ਜੀ ਇੱਕੋ ਲਈ ਖੀਰ ਹੋਰ ਤਾਂ ਪਾਈ ਖੀਰ ਤਾਂ ਪਤੀਜ ਮੁੱਕ ਗਈ ਬਾਂਦਰੀ ਦੇ ਬੱਚੇ ਵਰਗਾ ਤੇਰਾ ਮੂੰਹ ਹੈ ਤੂੰ ਤਾਂ ਰਾਜਦਾ ਹੀ ਨਹੀਂ ਚੱਲ ਤੁਰਦਾ ਬਣ ਚੱਲ ਬੜੀ ਭੇੜੀ ਬੁੜੀ ਹੋਈ You're so stupid girl. ਕੀ ਮਾਲੂਮ ਆ You never listen to anybody. ਮੈਂ ਤੇਰੀ ਕੋਈ ਗੱਲ ਨਹੀਂ ਮੰਨਦਾ ਡੈਡੀ ਜੀ ਆਪਣੇ ਚੇਲੇ ਨੂੰ ਕਬੱਡੀ ਤੋਂ ਇਲਾਵਾ ਕੋਈ ਕੰਮ ਦੀ ਗੱਲ ਵੀ ਸਿਖਾ ਦਿਆ ਕਰੋ 2 ਘੰਟੇ ਹੋ ਗਏ ਮੇਰੇ ਨਾਲ ਫਜ਼ੂਲ ਦੀ ਬਹਿਸ ਕਰੀ ਜਾਂਦਾ ਹੈ ਕਿਉਂ ਬਹਿਸ ਕਰਾਂ ਨਾ ਸਾਨੂੰ ਪਿੰਡ ਵਾਲਿਆਂ ਨੂੰ ਤਾਂ ਤੂੰ ਐਵੇਂ ਹੀ ਸਮਝਦੀ ਹੈ ਓਹ ਬੇਟਾ ਬਹਿਸ ਕਿਉਂ ਕਰੀ ਜਾ ਰਹੇ ਹੋ ਆਖਿਰ ਮਸਲਾ ਕੀ ਹੈ ਡੈਡੀ ਜੀ ਮੈਂ ਤੇ ਇਹਨੂੰ ਸਲਾਹ ਦਿੱਤੀ ਸੀ ਕਿ ਤੁਹਾਡੇ ਕੋਲ ਇੰਨਾ ਪੈਸਾ ਹੈ ਤੁਸੀਂ ਸ਼ਹਿਰ 'ਚ ਪਲਾਟ ਲੈ ਕੇ ਇੱਥੇ ਵੀ ਇੱਕ ਸੋਹਣੀ ਜਿਹੀ ਕੋਠੀ ਪਾ ਲਓ ਤੇ ਮੈਨੂੰ ਕਹਿਣ ਲੱਗਾ ਹੂੰ ਸ਼ਹਿਰ ਦਾ ਵੀ ਕੋਈ ਰਹਿਣਾ ਸ਼ਹਿਰ ਵਿੱਚ ਕੋਠੀ ਪਾ ਲਓ ਸ਼ਹਿਰਾਂ ਵਿੱਚ ਤੁਸੀਂ ਕੋਠੀਆਂ ਤਾਂ ਬਹੁਤ ਵੱਡੀਆਂ ਵੱਡੀਆਂ ਪਾ ਲੈਂਦੇ ਹੋ ਪਰ ਆਟਾ ਲਿਆਉਂਦੇ ਹੋ ਸਿਰਫ 5 ਕਿਲੋ ਥੈਲੀ 'ਚ ਜੇ 4 ਪਰੌਣੇ ਮੇਰੇ ਵਰਗੇ ਆ ਜਾਣ ਤੇ ਤੁਹਾਡਾ ਉਹ ਵੀ ਮੁੱਕ ਜਾਂਦਾ ਤੂੰ ਮੈਨੂੰ ਗੱਲ ਦੱਸ ਤੁਹਾਨੂੰ ਪਿੰਡ ਦੇ ਲੋਕਾਂ ਨੂੰ ਲੜਨ ਝਗੜਨ ਤੋਂ ਇਲਾਵਾ ਕੁਝ ਹੋਰ ਵੀ ਆਉਂਦਾ ਹੈ ਉਹ ਇਸ਼ਕ ਮੁਹੱਬਤ ਵੀ ਸਿਰਫ ਪਿੰਡਾਂ ਵਾਲਿਆਂ ਨੂੰ ਆਉਂਦਾ ਹੈ ਉਹ ਬਸ ਬੇਟਾ ਬਸ ਹੁਣ ਤੁਸੀਂ ਮੇਰੀ ਵੀ ਤਾਂ ਗੱਲ ਸੁਣ ਲਓ ਨਾ ਤਾਂ ਪਿੰਡਾਂ ਵਾਲੇ ਬੁਰੇ ਨੇ ਤੇ ਨਾ ਹੀ ਸ਼ਹਿਰਾਂ ਵਾਲੇ ਬੁਰੇ ਪਰ ਕਦੇ ਕਦੇ ਐਸੀ ਮਾੜੀ ਘਟਨਾ ਵਾਪਰ ਜਾਂਦੀ ਹੈ ਜਦੋਂ ਅਸੀਂ ਜੱਟ ਵਾਲੀ ਮੈਂ ਕਰਕੇ ਨਾ ਲੜਨ ਮਾਰਨ ਉਤਾਰੂ ਹੋ ਜਾਂਦੇ ਹਾਂ ਇਹ ਤਾਂ ਆਪਣੀ ਆਪਣੀ ਸੋਚ ਹੁੰਦੀ ਹੈ ਕੋ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ ਸਾਡਾ ਜ਼ਮੀਨ ਦਾ ਕੇਸ ਚੱਲਦਾ ਪਰ ਅਸੀਂ ਸਭ ਕੁਝ ਕਾਨੂੰਨ ਤੇ ਛੱਡਿਆ ਹੋਇਆ ਹੈ ਬਾਈ ਜੀ ਨੂੰ ਤਾਂ ਕਦੇ ਕਦੇ ਬਹੁਤ ਗੁੱਸਾ ਆਉਂਦਾ ਹੈ ਪਰ ਮੈਂ ਤੇ ਭਾਬੀ ਹਾਂ ਜਿਹੜੇ ਉਹਨਾਂ ਨੂੰ ਡੱਕ ਲੈਂਦੇ ਆ ਉਹਦੇ ਬੇਟਾ ਇਹਨਾਂ ਲੜਾਈਆਂ ਝਗੜਿਆਂ 'ਚ ਕੁਛ ਨਹੀਂ ਪਿਆ ਲਓ ਚਾਹ ਆ ਗਈ ਮੈਂ ਕਿਹਾ ਉੱਠੋ ਜੀ ਆ ਚਾਹ ਪੀ ਲਓ ਗੈਵੀ ਦੇ ਪਾਪੇ ਅੱਜ ਤਾਂ ਆਪਾਂ ਬੜੇ ਜ਼ਰੂਰੀ ਕੰਮ ਜਾਣਾ ਹੈ मेरी बली देनी है वे तेरे अर्गे मुश्के बोक दी बली नहीं चढ़दी अज ता पा किते होर ही जाना हुण मैं तेनु विखाऊंगी ਕੋਠੀਆਂ ਤੇ ਜ਼ਮੀਨ ਵਾਲੀ ਬਣ ਕੇ ਕੀ ਗੱਲ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰ ਲਿਆ ਓਏ ਨਹੀਂ ਓਏ ਬੁੱਧੂਆ ਮੈਂ ਤਾਂ ਮੁੰਡਾ ਵਿਆਹਣ ਲੱਗੀਆਂ ਹੁਣ ਤੂੰ ਵੇਖੀ ਜਦੋਂ ਟਰਾਲੀਆਂ ਤੇ ਟਰੱਕ ਪਰ ਪਰ ਕੇ ਦਾਜ ਦੇ ਆਏ ਇਸ ਘਰ 'ਚ ਨਗਦ ਪੈਸੇ ਅਲੱਗ ਕਾਰ ਅਲੱਗ ਤੇ ਘਰ ਦਾ ਸਮਾਨ ਵੱਖਰਾ ਵੇਖ ਵੇਖ ਕੇ ਤੈਥੋਂ ਖੁਸ਼ੀ ਚੱਲੀ ਨਹੀਂ ਜਾਣੀ ਬੀਬੀ ਕਾਹਦੀ ਖੁਸ਼ੀ ਨਹੀਂ ਚੱਲੀ ਜਾਣੀ ਪੁੱਤ ਮੈਂ ਤਾਂ ਇਹ ਕਹਿ ਰਹੀ ਸੀ ਕਿ ਜਦੋਂ ਤੇਰੀ ਵੋਟੀ ਸੂਹਾ ਜੋੜਾ ਪਾ ਕੇ ਇਸ ਘਰ 'ਚ ਪੈਰ ਪਾਓ ਉਹਦੀ ਖੁਸ਼ੀ ਜਦੋਂ ਤੇਰੇ ਮੱਥੇ ਸਹਿਰਾ ਸਜੂ ਉਹਦੀ ਖੁਸ਼ੀ ਨਹੀਂ ਚੱਲੀ ਜਾਣੀ ਪਰ ਬੀਬੀ ਮੇਰਾ ਵਿਆਹ ਪੁੱਤ ਅੱਜ ਮੈਂ ਤੇਰੇ ਬਾਪੂ ਨਾਲ ਰਣਜੀਤ ਸਿੰਘ ਹੋਰਾਂ ਦੇ ਚੱਲੀ ਆ ਰਾਵੀ ਨਾਲ ਤੇਰਾ ਰਿਸ਼ਤਾ ਪੱਕਾ ਕਰਨ ਲਈ ਤੂੰ ਕੀ ਗੱਲਾਂ ਕਰਦੀ ਹੈ ਬੀਬੀ ਹਾਂ ਕਿੱਥੇ ਉਹਨਾਂ ਦਾ ਪਰਿਵਾਰ ਤੇ ਕਿੱਥੇ ਆਪਾਂ ਇਹੀ ਤਾਂ ਮੈਂ ਸਮਝਾਇਆ ਕਰਦਾ ਪੁੱਤ ਤੇਰੀ ਮਾਂ ਤਾਂ ਕਮਲੀ ਹੋਇਆ ਕਰਦੀ ਹੈ ਵੇ ਕਮਲੀ ਮੈਂ ਨਹੀਂ ਤੂੰ ਆ ਤੂੰ ਜਿਹੜਾ ਆਪਣੇ ਮੁੰਡੇ ਦਾ ਮੁੱਲ ਨਹੀਂ ਪਛਾਣਦਾ ਆਪਣਾ ਮੁੰਡਾ ਤਾਂ ਹੀਰਾ ਹੈ ਹੀਰਾ ਨਾ ਇਹੋ ਜਿਹਾ ਜਵਾਈ ਉਹਨਾਂ ਨੂੰ ਮਿਲਣਾ ਬੜਾ ਕਿਤੇ ਪਰ ਬੀਬੀ ਹਲੇ ਤਾਂ ਮੈਂ ਬਾਹਰ ਜਾਣਾ ਹੈ ਆਪਣੀ ਪੜ੍ਹਾਈ ਪੂਰੀ ਕਰਨੀ ਹੈ ਵੇ ਪੁੱਤ ਤੂੰ ਆਪਣਾ ਪੜ੍ਹ ਲਿਖ ਮੈਂ ਕਿਹੜਾ ਤੈਨੂੰ ਰੋਕਦੀ ਆ ਬਸ ਹੁਣ ਤੁਸੀਂ ਮੈਨੂੰ ਆਪਣੇ ਕੰਮ ਤੋਂ ਰੋਕੋ ਨਾ ਪਿਓ ਪੁੱਤ ਮਿਲ ਕੇ ਨੰਨਾ ਹੀ ਪਾਈ ਜਾਂਦੇ ਮੈਂ ਤਾਂ ਸਾਰੀਆਂ ਕੰਸੋਆਂ ਕੱਢ ਲਈਆਂ ਆਪਣੀ ਗੱਲ ਸਿਰੇ ਚੜ ਜਾਣੀ ਹੈ ਹੁਣ ਬਸ ਮੈਂ ਇੱਕ ਵਾਰੀ ਜਾ ਕੇ ਰਣਜੀਤ ਸਿੰਘ ਹੋਰਾਂ ਨਾਲ ਗੱਲ ਕਰਾਵਾਂ
छोटे। हाँ जी। तेरे नाल एक गल करनी सी, आ बैठ इत्थे। हुक्म करो भाई जी। रावी दे विआह दी सलाह करनी सी। इहदे विच सलाह वाली कीड़ी गल है, तुसी वड्डे हो, जो फैसला लोगे ठीक ही लोगे। एहो जे कम्मां विच सारे परिवार दी रह लैणी जरूरी हुंदी है, नाले फिर उदेर के नहीं बुणिया जांदा। उदे सानू दोवां नूं मास्टर दारा सिंह दा लड़का ग्यावी बहुत पसंद है। ओह तां मैनूं वी पसंद है। ਉਹਨਾਂ ਦੇ ਪਰਿਵਾਰ ਨਾਲ ਕੋਈ ਗੱਲ ਕੀਤੀ ਤੁਸੀਂ? ਵੇ ਗੱਲ ਹੀ ਤਾਂ ਕਰਨਾ ਆ ਪੁੱਤਰਾ ਵੇ, ਵੇ ਗੱਲ ਵੱਡੀ ਸੀ, ਮੂੰਹ ਛੋਟਾ ਸੀ, ਹਿੰਮਤ ਨਹੀਂ ਸੀ ਪੈਂਦੀ ਮੇਰੀ ਗਰੀਬਣੀ ਦੀ। ਵੇ ਫਕੀਰਨੀ ਬਣ ਕੇ, ਮੰਗਤੀ ਬਣ ਕੇ, ਚੋਲੀ ਅੱਡ ਕੇ ਆ ਗਈ ਆ ਤੁਹਾਡੇ ਕੋਲ। ਡਰਾਮੇ ਘੱਟ ਕਰਿਆ ਕਰਦੇ ਆ। ਵੇ ਤੂੰ ਖੜਾ ਕਿਉਂ ਐ? ਜਾ ਕੇ ਪੈਰੀ ਪੈ ਜਾ ਰਣਜੀਤ ਸਿੰਘ ਦੇ। ਜਾ ਤੂੰ ਪੈਣੀ ਤਾਂ ਆਇਆ, ਬੇਇੱਜ਼ਤੀ ਨਹੀਂ ਕਰਿਆ ਕਰਦੇ। ਕਰਦੇ ਮਾਸਟਰ ਜੀ, ਬੈਠੋ ਤੁਸੀਂ, ਬੈਠੋ ਬੈਠੋ ਕਰਦਾ ਜੀ। ਮੇਰੀ ਵੀ ਚੁੰਨੀ ਤੁਹਾਡੇ ਪੈਰਾਂ 'ਚ, ਇਹ ਕੀ ਕਰਦੇ ਹੋ ਤੁਸੀਂ? ਆਪਣੀ ਚੁੰਨੀ ਆਪਣੇ ਸਿਰ ਤੇ ਲਓ, ਤੁਹਾਡੀ ਇੱਜ਼ਤ ਕਰਨਾ ਸਾਡਾ ਫਰਜ਼ ਹੈ। ਤੁਸੀਂ ਵੱਡੇ ਹੋ ਸਾਡੇ ਤੋਂ। ਵੱਡੇ ਤਾਂ ਤੁਸੀਂ ਹੋ ਜੀ, ਸਾਡੇ ਗਰੀਬਾਂ ਦੇ ਪੱਲੇ ਤਾਂ ਸਿਰਫ ਪੁੱਤਰ ਹੀ ਹੈ। ਹੁਣ ਤੱਕ ਉਹਦਾ ਇੰਨਾ ਕੀਤਾ, ਬਸ ਹੁਣ ਤੁਸੀਂ ਉਸ ਨੂੰ ਆਪਣੇ ਗਲ ਨਾਲ ਲਾ ਲਓ। ਹੈ ਜੀ, ਗੈਵੀ ਤਾਂ ਸਾਨੂੰ ਬਹੁਤ ਪਸੰਦ ਹੈ, ਪਰ ਰਾਵੀ ਮੇਰੀ ਨਣਾਨ ਨੀ, ਮੇਰੀ ਲਾਡਲੀ ਧੀ ਹੈ। ਮੈਂ ਵੀ ਉਸ ਨੂੰ ਆਪਣੀ ਜਿੰਦ ਜਾਨ ਬਣਾ ਕੇ ਰੱਖੂਗੀ, ਆਪਣੀ ਹਿੱਕ ਨਾਲ ਲਾ ਕੇ ਰੱਖੂਗੀ। ਨਾਲੇ ਸਾਡੇ ਘਰ ਦੀ ਸਾਰੀ ਕਾਰੀ ਮੁਖਤਿਆਰੀ ਤਾਂ ਉਸੇ ਦੀ ਹੋਊਗੀ। ਮੈਂ ਤਾਂ ਬਸ ਦੋ ਵੇਲੇ ਦੀ ਰੋਟੀ ਦੀ ਪਾਈ ਵਾਲ ਹੋਵਾਂਗੀ। ਆ ਦੇਖੋ, ਮੈਂ ਤਾਂ ਕਰਦੀਆਂ ਕੁੰਜੀਆਂ ਵੀ ਨਾਲ ਲੈ ਕੇ ਆਈ ਆ। ਬਸ ਜੀ, ਤੁਸੀਂ ਇੱਕ ਵਾਰੀ ਹਾਂ ਤਾਂ ਕਰ ਦਿਓ। ਸਾਡੇ ਵੱਲੋਂ ਤਾਂ ਹਾਂ ਹੀ ਹੈ। ਔਰ ਮੁਬਾਰਕਾਂ ਇਹ ਲੋਕੋ, ਵੀ ਮੁਬਾਰਕਾਂ ਦਿਓ ਮੈਨੂੰ, ਮੁਬਾਰਕਾਂ ਦਿਓ। ਵੀ ਮੈਨੂੰ ਮੜੰਗਣੀ ਨੂੰ ਰਾਜੇ ਪਰਿਵਾਰ ਨੇ ਆਪਣੇ ਗਲ ਨਾਲ ਲਾ ਲਏ। ਪਟਵਾਰੀ ਦੀ ਧੀ, ਤੂੰ ਤਾਂ 365 ਚ ਲੇਤਰ ਵੀ ਟੱਪ ਗਈ। ਜਿਹੜੇ ਹਿਸਾਬ ਨਾਲ ਡਰਾਮੇ ਕਰਿਆ ਕਰਦੀ, ਮੈਨੂੰ ਲੱਗਦਾ ਕਿਤੇ ਹਾਰਟ ਅਟੈਕ ਨਾ ਹੋ ਜੀ ਹੈ। ਮੇਰੀ ਧੀ ਨੂੰ ਤਾਂ ਬੁਲਾ ਦਿਓ, ਮੇਰੀ ਲਾਡੋ ਧੀ ਕਿੱਥੇ ਹੈ? ਰਾਵੀ, ਰਾਵੀ! ਵਾਹ ਨੀ ਜਗੀਰ ਕੋਰੇ, ਕਿੱਥੇ ਹੱਥ ਪਾਇਆ ਜਾ ਕੇ? ਨੀ ਮੈਂ ਸਦਕੇ ਨੀ, ਨੀ ਮੈਂ ਬਾਹਰੀ ਜਾਵਾਂ ਤੇਰੇ ਤੇ, ਕਾਲਜੇ ਨੂੰ ਠੰਡ ਪੈਗੀ ਤੈਨੂੰ ਵੇਖ ਕੇ। ਕਿੰਨੀ ਸੋਹਣੀ ਹੈ ਤੂੰ। ਮਾਸਟਰ ਦਾਰਾ ਸਿੰਘ ਜੀ, ਬਾਕੀ ਗੱਲ ਤਾਂ ਠੀਕ ਹੈ, ਪਰ ਇੱਕ ਵਾਰ ਗੈਵੀ ਨੂੰ ਵੀ ਆਪਾਂ ਪੁੱਛ ਲਈਏ, ਉਹਦੀ ਕੀ ਸਲਾਹ ਹੈ? ਸਰਦਾਰ ਰਣਜੀਤ ਸਿੰਘ ਜੀ, ਉਹ ਤਾਂ ਤੁਹਾਡੀ ਬਹੁਤ ਇੱਜ਼ਤ ਕਰਦਾ, ਜੇ ਤੁਸੀਂ ਹੁਕਮ ਕਰੋ ਕੱਲ ਹੀ ਭੇਜਦਾ ਤੁਹਾਡੇ ਕੋਲੇ ਮੈਂ। ਨਹੀਂ ਨਹੀਂ, ਅਸੀਂ ਧੀ ਵਾਲੇ ਹਾਂ, ਅਸੀਂ ਤੁਹਾਡੇ ਘਰ ਆਵਾਂਗੇ। ਆ ਥਾਪਾ ਵਿਚਾਲੇ ਕਿਉਂ ਰੱਖਿਆ ਕਿਸੇ ਨੇ? ਲੈ ਕੱਪੜੇ ਵੀ ਨਹੀਂ ਚੱਕੇ। ਆ ਵਾਧੂ ਦਾ ਮੰਜਾ ਪਿਛਾਂ ਸੱਟ ਜਾ ਕੇ, ਛੇਤੀ ਕਰਨ ਵਾਲੇ ਆ ਕੇ ਬਾਲਣ ਚੱਕੀ। ਨਾ ਤੂੰ ਬੈਠਾ ਇੱਥੇ ਅਖਬਾਰ ਪੜ੍ਹੀ ਜਾਂਦਾ ਹੈ, ਕੁਝ ਕੰਮ ਕਰ ਲਾ। ਜਗੀਰ ਕੌਰੇ, ਜਿਹੜੇ ਢੰਗ ਨਾਲ ਤੂੰ ਅੱਜ ਕੰਮ ਕਰਾਇਆ ਕਰਦੀ ਹੈ ਨਾ, ਮੈਨੂੰ ਤਾਂ ਲੱਗਦਾ ਅੱਜ ਮੈਨੂੰ ਵੀ ਬਾਹਰ ਸੁੱਟੇਂਗੀ। ਵੇ ਸਿੱਟ ਤਾਂ ਮੈਂ ਤੈਨੂੰ ਵੀ ਦਿੰਦੀ, ਜੇ ਤੂੰ ਨਹਾ ਧੋ ਕੇ ਨਾ ਤਿਆਰ ਨਾ ਹੋਇਆ ਹੁੰਦਾ। ਪਟਵਾਰੀ ਦੀ ਧੀ ਹਾਂ, ਕੋਈ ਮਖੌਲ ਨਹੀਂ। ਚੱਲ ਹੁਣ ਜਾ ਕੇ ਉਹ ਕੁਰਸੀਆਂ ਸਾਫ਼ ਕਰ ਲਾ। ਬੀਬੀ ਕੀ ਹੋਇਆ ਤੈਨੂੰ ਅੱਜ? ਉਹ ਬਾਈ ਰਣਜੀਤ ਸਿੰਘ ਹੋਰਾਂ ਨੇ ਤਾਂ ਆਉਣਾ, ਉਹ ਕਿਹੜਾ ਕੋਈ ਓਪਰੇ ਨੇ? ਵੇ ਪੁੱਤ, ਇਹ ਤਾਂ ਮੈਂ ਹੀ ਜਾਣਦੀ ਹਾਂ ਕਿ ਉਹ ਲੋਕੀ ਕੀ ਹੈ ਮੇਰੇ ਲਈ। ਚੱਲ ਸ਼ੇਰ, ਤੂੰ ਜਾ ਕੇ ਤਿਆਰ ਹੋ, ਨਾਲੇ ਬਹੁਤੇ ਚੈਸ ਨਾਲ ਬਾਈ। ਬੀਬੀ ਤੂੰ ਵੀ ਨਾ, ਤਾਂ ਤੂੰ ਫੇਰ ਬਹਿ ਗਿਆ ਇੱਥੇ ਅਖਬਾਰ ਪੜ੍ਹਨ। ਵੇ ਆ ਗਏ ਨੇ, ਓਏ ਜੀਤਿਆ, ਛੇਤੀ ਕਰ, ਛੇਤੀ ਆ, ਤੇਲ ਚੋ। ਸਤਿ ਸ਼੍ਰੀ ਅਕਾਲ ਜੀ। ਓਏ ਕੀੜੀ ਦੇ ਘਰ ਨੇ ਰਹਿਣ ਆਏ ਨੇ। ਧੰਨ ਭਾਗ ਸਾਡੇ, ਜਿਹੜਾ ਤੁਸਾਂ ਨੇ ਸਾਡੇ ਘਰ ਪੈਰ ਪਾਏ ਨੇ। ਬਸ ਮਾਸੀ, ਇੰਨਾ ਵੀ ਨਾ ਕਰਿਆ ਕਰ, ਅਸੀਂ ਲੜਕੀ ਵਾਲੇ ਆ, ਸਾਡੀ ਜਗ੍ਹਾ ਤਾਂ ਤੇਰੇ ਨਾਲ ਨੀਵੀ ਆ। ਨਹੀਂ ਜੀ, ਨਹੀਂ ਨਹੀਂ ਨਹੀਂ, ਤੁਸੀਂ ਆਓ ਜੀ। ਓ ਜੀਤਿਆ, ਚਾਹ ਬਣਾ। ਆਓ ਜੀ, ਆਓ, ਲਓ ਜੀ, ਚਾਹ ਲਓ ਤੁਸੀਂ। ਹਾਂਜੀ ਹਾਂਜੀ, ਚਾਹ ਪੀਂਦੇ ਪੀਂਦੇ ਕੰਮ ਦੀ ਗੱਲ ਵੀ ਕਰ। ਹਾਂਜੀ, ਕਿਆ ਵੀ ਤੂੰ ਦੱਸ, ਤੇਰਾ ਕੀ ਵਿਚਾਰ? ਠੀਕ ਹੈ ਜੀ, ਜਿਵੇਂ ਤੁਸੀਂ ਕਹੋ, ਬਸ ਇਹੀ ਹੈ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਨੀ ਚਾਹੁੰਦਾ, ਮੈਨੂੰ ਬਾਹਰ 2 ਸਾਲ ਲੱਗ ਜਾਣਗੇ। ਠੀਕ ਹੈ, ਤੂੰ ਪਹਿਲਾਂ ਆਪਣੀ ਪੜ੍ਹਾਈ ਮੁਕੰਮਲ ਕਰ ਲੈ, ਵਾਪਸ ਆਉਣ ਤੇ ਹੀ ਸ਼ਾਦੀ ਕਰ ਲਵਾਂਗੇ, ਬਾਹਰ ਜਾਣ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਸ਼ਗਨ ਕਰ ਲਈਏ। ਪਰ ਬਾਈ ਜੀ, ਆਪਾਂ ਇਹਨਾਂ ਨੂੰ ਘਰੇ ਬੁਲਾ ਲੈਂਦੇ ਹਾਂ, ਇੱਕ ਤਾਂ ਰਾਵੀ ਨੂੰ ਚੁੰਨੀ ਚੜਾਉਣਗੇ, ਦੂਜਾ ਨਾਲ ਲੱਗਦੀ ਰਿੰਗ ਸੈਰੇਮਨੀ ਹੋ ਜਾਏਗੀ। ਆ ਗੱਲ ਬੜੀ ਸਿਆਣੀ ਕੀਤੀ ਮੇਰੇ ਪੁੱਤ ਨੇ। ਲੈ ਪੁੱਤ, ਲੈ ਮੂੰਹ ਮਿੱਠਾ ਕਰ ਤੂੰ, ਲੈ।
ओ भाई ओए तोड़े लड़न कक्कियां कीड़ियां ओ थोड़े चो राम आसरा ते महेश कौन है हम है सरदार जी दसो की हुकम हैगा ओए हुकम नु मैं केड़ा तोड़े कोलो कणक बणाउणी है जरा पासे होए गल सुनियो दसो कैसे सरदार जी काम बहुत बड़ा हैगा बंदा मारना हैगा 50,000 लगेगा तुसी यार गल समझ के आगे तुसी थोड़े पैसे कट कर लो असी कम कट कर लेने हैं बंदे नु जानो नहीं मारना हैगा ओदे मुंह ते निशान बनाना हैगा ओदी टंगवा तोड़नी हैगी ठीक है सरदार जी तुम 30,000 दे देना हालो बीजर 10,000 काम होण ते सरदार जी सारा पैसा पहले बाद में असी अपने देश की गड्डी फड़ जाएगा बाद में ये भैया नहीं मिलेगा थोनु लड़न कक्कियां कीड़ियां सारा पंजाब लुट के खा गए आज चुको 3,000 रुपया काम कर दियो सरदार जी सानू उसका शक्ल तो दिखा दो चल के ਸਸਿਕਾਲ ਭਾਈ ਜੀ ਸਸਿਕਾਲ ਕੌਣ ਸੀ ਕੁਛ ਨਹੀਂ ਭਾਈ ਜੀ ਸ਼ਕਲੋ ਸੂਰਤੋ ਤਾਂ ਪੂਰਬੀ ਲੱਗਦੇ ਸੀ ਰਾਹ ਚ ਕੱਲੇ ਆਉਂਦੇ ਦੇਖ ਕੇ ਸੋਚਿਆ ਹੋਣਾ ਕਿ ਲੁੱਟਖੋ ਕਰ ਲੈਨੇ ਆ ਦਿਨੋ ਦਿਨ ਇਹਨਾਂ ਦੀ ਹਿੰਮਤ ਵੱਧਦੀ ਜਾ ਰਹੀ ਹੈ ਜਦ 20-25 ਸਾਲ ਪਹਿਲਾਂ ਪੰਜਾਬ ਆਉਣ ਲੱਗੇ ਤਾਂ ਸਾਲੇ ਭੁੱਖੇ ਮਰਦੇ ਸੀ ਪੇਟ 'ਚ ਰੋਟੀ ਕੀ ਗਈ ਚੋਰੀਆਂ ਡਕੈਤੀਆਂ ਕਰਨ ਲੱਗ ਪਏ ਕਈ ਥਾਈਂ ਤਾਂ ਸੁਣਿਆ ਕੰਜਰ ਦੇ ਤੀਵੀਆਂ ਵੀ ਲੈ ਗਏ ਕੱਢ ਕੇ ਤੇ ਹੁਣ ਦਿਨ ਦਿਹਾੜੇ ਲੁੱਟੀ ਜਾ ਰਹੇ ਆ ਤੇ ਉੱਪਰੋਂ ਹਾ ਲੀਡਰ ਆਪਣੀਆਂ ਵੋਟਾਂ ਪਿੱਛੇ ਇਹਨਾਂ ਨੂੰ ਕੁਝ ਕਹਿਣ ਵੀ ਨਹੀਂ ਦਿੰਦੇ ਚੱਲ ਵੇਖੀ ਜਾਊ ਜਿਵੇਂ ਹੋਊਗੀ ਜਦ ਵਾੜੀ ਖੇਤ ਨੂੰ ਖਾਣ ਲੱਗ ਜਾਏ ਤਾਂ ਕੀ ਹੋ ਸਕਦਾ ਹੈ ਠੀਕ ਹੈ ਮੈਂ ਚੱਲਦਾ ਤੁਸੀਂ ਸਵੇਰੇ ਵਕਤ ਸਿਰ ਆ ਜਾਇਓ ਤਾਂ ਜੋ ਸਾਰੇ ਸ਼ਗਨ ਵੇਲੇ ਨਾਲ ਪੂਰੇ ਹੋ ਜਾਣ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੱਲ ਬਾਈ ਬਾਈ ਜੀ ਸਾਰੀਆਂ ਤਿਆਰੀਆਂ ਮੁਕੰਮਲ ਆ ਕੋਈ ਫੋਨ ਆਇਆ ਉਹਨਾਂ ਦਾ ਚੱਲ ਪਏ ਕਿ ਨਹੀਂ ਹਾਂ ਹਾਂ ਹੁਣੇ ਫੋਨ ਆਇਆ ਸੀ 15-20 ਮਿੰਟਾਂ 'ਚ ਪਹੁੰਚ ਜਾਂਦੇ ਅੱਛਾ ਜੀ ਉਦੇ ਵੀ ਤੇਰਾ ਮੇਲ ਗੇਲ ਤਾਂ ਪਹੁੰਚ ਗਿਆ ਬਸ ਕਰੋ ਸਾਰੇ ਅੱਗੇ ਬੈਠੇ ਜ਼ਿਆਦਾ ਲੱਦੀ ਨਾ ਕੱਢੋ ਬੱਲੇ 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 ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਮੈਂ ਤੇ ਬਿਲਕੁਲ ਠੀਕ ਹੈ ਰਾਵੀ ਕਿੱਥੇ ਹੈ ਰਾਵੀ ਆਪਣੇ ਕਮਰੇ 'ਚ ਮੈਂ ਤੇ ਚੱਲੀ ਆ ਉਹਦੇ ਕੋਲ ਹੋਰ ਸਭ ਠੀਕ ਹੈ ਬੱਲੇ ਤੂੰ ਤਾਂ ਪੂਰੀ ਲਾੜੀ ਬਣੀ ਬੈਠੀ ਹੈ ਜਿਵੇਂ ਉਹਨੇ ਅੱਜ ਲੈ ਜਾਣੀ ਹੋਵੇ ਵੈਸੇ ਉਹਨੇ ਅੱਜ ਤਾਂ ਆਪਣੇ ਨਾਂ ਦੀ ਮੋਹਰੀ ਲਾਉਣ ਆਉਣਾ ਹੈ ਟਿਚਰਾ ਕਰ ਪਤਾ ਤੈਨੂੰ ਲੱਗੂ ਉਸ ਦਿਨ ਜਦੋਂ ਕਿਸੇ ਨੇ ਤੇਰੇ ਤੇ ਆਪਣੇ ਨਾਂ ਦੀ ਮੋਹਰ ਲਾਤੀ ਹਾਏ ਨੀ ਖੁਸ਼ ਕੀਤਾ ਹੀ ਮੇਰੇ ਸਿਰ ਤੇ ਵੀ ਹੱਥ ਰੱਖ ਕੇ ਪਲੋਸ ਤਾਂ ਕਿ ਮੈਂ ਵੀ ਕਿਸੇ ਦੇ ਨਾਲ ਲੱਗ ਜਾਵਾਂ ਵੈਸੇ ਤੈਨੂੰ ਇੱਕ ਗੱਲ ਦੱਸਾਂ ਹਾਂ ਚਲ ਛੱਡ ਪਰਾਂ ਚਲ ਦੱਸ ਵੀ ਦੇ ਹੁਣ ਭੁਆ ਜੀ ਉਹ ਆ ਗਏ ਨੇ ਫਿਰ ਅਸੀਂ ਵੀ ਆਪਣੀ ਲੈਡਰ ਰਾਣੀ ਨੂੰ ਬਾਹਰ ਲੈ ਚਲੀਏ ਹੈਰ ਜੋ ਹਲੇ ਤਾਂ ਉਹਨਾਂ ਨੇ ਪਨੀਰ ਦੇ ਪਕੌੜੇ ਤੇ ਹਮਲਾ ਕੀਤਾ ਹੈ ਨਿਮਿੰਦੋ ਕਿੱਡੀ ਤੇਜ਼ ਆ ਜਗੀਰੋ ਆ ਵੇਖ ਲੈ ਕਿਹੜੇ ਘਰ 'ਚ ਸਨ ਲਾਇਆ ਹੁਣ ਤਾਜ ਨਾਲ ਰੱਜ ਕੇ ਨਿਕਲੂ
निकार का दा है, इता पूरा किला लगता है, इता पहले ही नहीं सी मान, हुन ता राजे कर दी ती भी मिल गई। मास्टर, जगीर कौर स्वाद ही माड़ी हुए कर दिए तेरी रिश्तेदार नहीं शक्लों माड़ियाँ ने। मैनू ता लगता चुगलियाँ भी उदी करी जाती ने। हाय नी मैं सदके किते नजर ही ना लग जे। हाय हाय कुंदना सेट पाए सजी बैठी है मेरी नूर आई हाय हाय चलो भी चलो शगन दी रस्म करिए रावी नू बाहर लेके चलो।, हाँ, हाँ, चलो 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 उठ दिए उठ ले पुत्र रिंग पाया कर दिया है तेनू लड़न ककियां कीड़ियां आप ते डुबे पंडता नाल जजमान भी डुबे ए तू चंगा नहीं कीता जगीरो बुढ़िए ए तू चंगा नहीं कीता तू आप ते तबाह होना ही सी हुण रणजीत सिंह दे परिवार नू भी बर्बाद करवाएगी ओए मेरे चट्टे ता तरख्त नहीं हरे होंदे मैं ता जेड़ी किकर तो दातन तोड़ लवा वो खड़ी खड़ोती सुक जांदी है तुसी ता चीज ही की हो मंगना ता तुसी कर लिया हुण व्याह करन जोगे तुहानू मैं नहीं छड्डांगा बापू जी क्यों अपना आप साड़ी चांदे हो जो कुछ मेरे भागा च होया मैनू मिल जू ना दिए ना भाग ता हुण उहनां दे मैं बदलूंगा लोग मैनू मस्सा चिचड़ कहिंदे ऐ दोवें परिवारां नूं टुट्टी कानी दे मणकियां वांगू ऐ खलेर दूं ते जनाब एथे बैठे ने मैं सारा घर छाण मारिया आ की दी गानी प्रोई जाणा ऐ ता मेरी घोड़ी दी गानी ऐ एक ता तुहाडी फैमिली दे शौक ही बड़े पुराने ने घर च गड्डा घोड़ी टांगा पता नहीं की रखिया पहला मैनूं गल दस जे तू मेरे लागे बैठना नहीं सी तो मैनू कल रोकया क्यों तू मेरे कहण ते नहीं रावी ते भाभी दे कहण ते रुकी सी जा जाके बैठा ना कोले हाय वे पैड़िया हर वेले लड़न वालियां गल्लां क्यों करदा है आ वेख किवें मणके नाल मणका पिया खेंदा है एक धागे च जो परोए होए ने वे कदे आपां वी एक धागे च परोए जावांगे सानू एक धागे च परोण वाली सुई अपने हाथ नहीं मंदी तू कदे कोशिश भी तां नहीं कीती वे अपने भरा ते भाभी नाल गल करके तां वेख ना भाई मैं नहीं गल कर सकदा आपां नूं ते बाई ते भाभी जी तो बहुत डर लगदा ठीक है मैं करदी हां तेरी भाभी नाल गल की हूं लाईया मैनूं तेरी भाभी मूंह च तां नहीं पा लो ओ चुप कर मैं नहीं डरदी किसे तों मैं तां तेरी भाभी दे कान च कह देना है मैनू तो तेरा दिल चैन बहुत प्यारा लगता नी चिठानी है ओ भाभी की भाभी भाभी लाईया भाभी सुन दिया किथे तेरे पीछे ओए मैं मर गई रुक नी कुड़िए इधर आ की गल साडे मुंडे ते बड़ा रोह पौंदी सी तू नहीं वो तो बस ओदे ही सब समझदी आ मैं थोड़ी देर उड़ीक कर तेरी नाक च नथ पाके ना इत्थे लेके आऊंगी फिर तू रो पाई मेरे दियोर ते जरा ते तुसी सरदार राजविंदर सिंह गिल स्पीकिंग ओए 3 फुट तेरा कद है ते 6 फुट लंबा नाम लेता ओ मैं तेरा अंकल बोल रहा चल बुआ जी नु फोन दे ओए राजू किदा फोन है इधर ले आ मेनू फड़ा हेलो हेलो अच्छा जनाब तुसी हो आज साड़ी याद की मैं आ गई मेरा वीजा आ गया रवि परसों दी टिकट करवाई है अच्छा जान दी तैयारी कर ली फिर होर की करा रवि कल नु इत्थों जाना है जान तो पहला तुहाडे कोल होके जावांगा भाई जी होरां नु कह दियो कि घर ही रहन ठीक है ठीक है की गल रवि अज बोलना नहीं कि चुप रहन दी सौं खादी है
मेरा नहीं दिल करदा किसी नाल भी बोलन नु। देख परदेसी जान वाले नाल इंज नहीं करीदा। अच्छा ते परदेसी जेड़ी साडे देसियां नाल कर रहे ने ओ किन्नी कु चंगी गल है। ओहो रावी देख मैं 2 सालां नु आई जाना है फिर मैं तैनू भी अपने नाल ही ले जाऊंगा। हौसला रख ठीक है। चल फिर हंस के दिखा दे। चलिए फिर निर्मल कुरे गैवी ता संग दा सी थे हुण तो पर मैं उन क्या परदेसा नू जाना है तोड़ा आशीर्वाद लेना तो बहुत जरूरी है। ठीक है जी हुण ओ वक्त किथे जदो कच्चे साकी मिलना मिलाना नहीं सी हुंदा। हुण ता कुड़ियां चिड़ियां व्याह तो पहला ससा नाल खरीदारी करियोंदियां। 16 ने सही गल है जी थोड़ी अजकल दे बच्चे एडवांस होया करदे आ। ओ तू चुप कर लो आगे बच्चे। चलिए बीबी जी। हां चलो चलो। अच्छा भाई जी। अच्छा भाई अपना ख्याल रखी कदे पैसे तेले दी जरूरत होवे ता यकीन ना। नहीं भाई जी हुण ता मैं कमाउण लग जाना है पढ़न दे नाल नाल काम भी करया करूं। बड़ी चंगी गल है। अच्छा भैन जी कभी कदे कदे सानू भी फोन कर लिया करी सौरियां दे घर फोन करन तो संगी ना। नहीं नहीं जी ऐसा ही तो कोई गल नहीं। चलिए जी। हां अच्छा जी छोटे गिल साहब। अच्छा जी। अच्छा जी चंगा जी सत श्री अकाल। आप उतार चलो भी बॉयज मैं तुहानू सारे नूं इत्थे इस करके बुलाया क्योंकि नैक्सट वीक फ्रेंडली मैच खेडण दे लई अस हां ते मैं इह कह रहा सी कि नैक्सट वीक साडे इत्थे कबड्डी दा फ्रेंडली मैच खेडण दे लई एंड यार इक तां इहनां मोबाइल फोनां ने ना दुनिया कासे जोग नहीं छड्डी। सॉरी कोच साहब। सॉरी हां ते मैं इह कह रहा सी कि नैक्सट वीक अपने कॉलेज दे विच एमडी कॉलेज दी टीम फ्रेंडली मैच खेडण आ रही है। ਕੋ ਸਾਹਿਬ ਐਮਡੀ ਕਾਲਜ ਟੀਮ ਵਿੱਚ ਗੈਰੀ ਵੀ ਖੇਡ ਰਿਹਾ। ਮੈਨੂੰ ਪਤਾ ਹੈ ਥੋੜਾ ਰਫ ਖੇਡਦਾ ਪਰ ਤੂੰ ਕਿਉਂ ਘਬਰਾ ਰਿਹਾ। ਮੈਂ ਗੇਮ ਤਾਂ ਨਹੀਂ ਘਬਰਾਉਂਦਾ ਕੋ ਸਾਹਿਬ ਪਰ ਤੁਹਾਨੂੰ ਤਾਂ ਪਤਾ ਹੀ ਹੈ ਸਾਡਾ ਉਹਨਾਂ ਦਾ ਜ਼ਮੀਨ ਦਾ ਕੇਸ ਚੱਲਦਾ ਪਿਆ। ਦੇਖੋ ਦੇ ਕੇਸ ਆਪਣੀ ਜਗ੍ਹਾ ਤੇ ਹੈ ਤੇ ਗੇਮ ਆਪਣੀ ਜਗ੍ਹਾ ਤੇ ਹੈ। ਸਪੋਰਟਸਮੈਨ ਸਪਿਰਿਟ ਦੇ ਹਿਸਾਬ ਨਾਲ ਖੇਡੋ ਕੋਈ ਪ੍ਰੋਬਲਮ ਨਹੀਂ ਆਏਗੀ। ਓਕੇ ਓਕੇ ਸਰ। ਚੰਗਾ ਫਿਰ ਅੱਜ ਦੀ ਕਲਾਸ ਇੱਥੇ ਹੀ ਖਤਮ ਹੈ। ਹੁਣ ਤੁਸੀਂ ਸਾਰੇ ਆਪਣਾ ਆਪਣਾ ਅਟੈਂਡ ਕਰ ਸਕਦੇ ਹੋ ਮੈਸੇਜ। ਥੈਂਕ ਯੂ ਸਰ। ਨਾ ਇਹ ਤੈਨੂੰ ਚੰਗਾ ਇਲੈਕਟ੍ਰੋਨਿਕ ਡਾਕੀਆ ਮਿਲਿਆ ਦੇ ਮੈਸੇਜ ਦੇ ਮੈਸੇਜ ਦੇ ਮੈਸੇਜ ਦੇ ਮੈਸੇਜ ਕਰੀ ਜਾਨੀ ਹੈ। ਕਿੰਨੇ ਵਧੀਆ ਵਧੀਆ ਮੈਸੇਜ ਕੀਤੇ ਕੋਈ ਪਸੰਦ ਨਹੀਂ ਆਇਆ? ਬਹੁਤ ਪਸੰਦ ਹੈ ਤੇ ਹੋਰ ਵੀ ਇੰਟਰਸਟਿੰਗ ਹੋ ਜਾਣੇ ਸੀ ਜੇ ਤੇਰੇ ਡੈਡੀ ਪੜ ਲੈਂਦੇ। ਡੈਡੀ ਡੈਡੀ ਕਿਵੇਂ ਪੜ ਲੈਂਦੇ? ਜਦੋਂ ਤੂੰ ਮੇਰੇ ਮੋਬਾਈਲ ਦੀ ਬਾਰ ਬਾਰ ਟੂ 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 ਕਰਵਾ ਰਹੀ ਸੀ ਨਾ ਉਹ ਮੇਰੇ ਕੋਲ ਹੀ ਬੈਠੇ ਸੀ। ਟੂ ਟੂ ਨਾ ਕਰਾਵਾਂ ਤਾਂ ਕੀ ਕਰਾਂ ਤੇਰਾ ਕੋਈ ਪਤਾ ਹੁੰਦਾ ਤੂੰ ਰਹਿਣਾ ਕਿੱਥੇ ਹੈ? ਨਾ ਤੂੰ ਮੇਰੇ ਕੋਲੋਂ ਕੀ ਕਰਵਾਉਣਾ ਜੋ ਕੁਝ ਤੂੰ ਕਰ ਸਕਦਾ ਉਹ ਤੇ ਤੂੰ ਕਰਦਾ ਨਹੀਂ। ਕੀ ਵਿਆਹ? ਵਿਆਹ ਤਾਂ ਹਲੇ ਦੂਰ ਦੀ ਗੱਲ ਆ। ਤੂੰ ਪਹਿਲਾਂ ਮੈਨੂੰ ਇਹ ਦੱਸ ਤੂੰ ਇੱਥੇ ਬੁਲਾਇਆ ਕਿਉਂ ਆ? ਗੱਲ ਇਸ ਤਰ੍ਹਾਂ ਸੀ ਕਾਲਜ ਤੋਂ ਹੋ ਗਈ ਮੈਂ ਫ੍ਰੀ ਤੇ ਹੁਣ ਤੂੰ ਮੈਨੂੰ ਇੱਥੋਂ ਲੈ ਚੱਲ ਤੇ ਇੱਕ ਵਧੀਆ ਜਿਹਾ ਕੱਪ ਕਾਫੀ ਪਿਆ ਤੇ ਫਿਰ ਘਰ ਛੱਡ ਦੇ। ਜੋ ਹੁਕਮ ਹੁਸਨ ਦੀ ਸਰਕਾਰ ਦਾ ਪਹਿਲਾਂ ਤੇਰੇ ਡੈਡੀ ਦਾ ਹੁਕਮ ਬਜਾਉਂਦੇ ਆਏ ਆ ਤੇ ਹੁਣ ਤੇਰਾ ਮੰਨ ਲੈਂਦੇ ਆ। ਚਲੀਏ ਚੱਲ ਆ ਜਾ। ਬਾਈ ਪ੍ਰਤਾਪ ਚਲੋ ਫਿਰ ਚਲੀਏ ਹੁਣ ਤਾਂ ਗੈਰੀ ਵੀ ਆ ਗਿਆ। ਹਾਏ ਬਿਗ ਬ੍ਰਦਰ ਕਿੱਧਰ ਲੀਆਂ ਤਿਆਰੀਆਂ ਖਿੱਚ ਰੱਖੀਆਂ ਨੇ? ਉਹ ਰਣਜੀਤੇ ਕਾਲੀ ਜ਼ਮੀਨ ਤੇ ਮਹਿਫਿਲ ਲਾਉਣ ਦਾ ਪ੍ਰੋਗਰਾਮ ਬਣਾਇਆ ਅੱਜ। ਅੱਛਾ ਉਹ ਛੋਟੇ ਭਾਈ ਰੌਲੇ ਗੋਲੇ ਵਾਲੀ ਜ਼ਮੀਨ ਤੇ ਤਾਂ ਗੇੜਾ ਛੇੜਾ ਮਾਰੇ ਹੀ ਚੰਗਾ ਰਹਿੰਦਾ ਨਾਲੇ ਜ਼ਮੀਨ ਤੇ ਜ਼ਰੂਰਤਾਂ ਉਹਦੀਆਂ ਹੁੰਦੀਆਂ ਜਿਹਦੇ ਕਬਜ਼ੇ ਚ ਹੋਣ। ਸਹੀ ਆ ਬਾਈ। ਬਾਈ ਜਿਹੜਾ ਆਪਾਂ ਨੇ ਟਿੰਡ ਚ ਕਾਨਾ ਪਾ ਲਿਆ ਨਾ ਇਹ ਆਪਾਂ ਨੂੰ ਕਰੋੜਾਂ ਦੇ ਕੇ ਜਾਊ। ਉਹ ਗੈਰੀ ਤੂੰ ਕੁਝ ਕਰਨਾ ਤਾਂ ਨਹੀਂ? ਚੱਲੀਏ ਫਿਰ। ਮੈਂ ਕਿਹੜਾ ਝਾਂਜਰਾਂ ਪਾਉਣੀਆਂ ਨੇ ਬਾਈ ਚਲੋ ਨਾਲੇ ਦਾਰੂ ਚੱਕ ਲਓ। ਚਲੋ ਚਲੋ ਦਾਰੂ ਚਲੋ। ਤੁਸੀਂ ਜਿਹੜੀ ਪੀਣੀ ਹੈ ਤੂੰ ਘਰੇ ਬਹਿ ਕੇ ਪੀ ਲਓ ਖਾ ਉੱਥੇ ਜਾ ਕੇ ਬਾਹਲੀ ਸਵਾਦ ਲੱਗੂਗੀ ਨੇ ਜਾਣੀਏ ਕੋਈ ਮਾੜੀ ਗੱਲ ਹੋ ਜਾਏ। ਮੈਂ ਕਿਹਾ ਅੱਜ ਦੀ ਤਰੀਕ ਤਾਂ ਸਾਡੇ ਚਾਰੇ ਭਰਾਵਾਂ ਨਾਲ ਡਰਦਾ ਰੱਬ ਵੀ ਪੰਗਾ ਨਹੀਂ ਲੈਂਦਾ ਭਾਬੀ ਹੋਰ ਸਾਡਾ ਕੋਈ ਕੀ ਵਿਗਾੜ ਲੂ। ਜਨਾਨੀਆਂ ਦੀ ਨਹੀਂ ਬਾਹਲੀ ਸੁਣੀ ਦੀ ਇਹਨਾਂ ਦਾ ਤਾਂ ਕੰਮ ਹੀ ਟੋਕਣ ਦਾ। ਕਿਹੜਾ ਹੋਏ ਤੂੰ
ਐਵੇਂ ਕਮੌਤ ਮਰਨ ਮੂਹਰੇ ਆ ਗਿਆ ਜਿਵੇਂ ਸੜਦਾ ਬੀਮਾ ਕਰਾਇਆ ਹੋਵੇ। चार कदम भी ना चल सके। ठीक है भाई, तुसी बड़े बंदे, तुसी किसे नाल भी धक्का कर सकते हो। हैं तुहानू किसे ने की कहना है? ओ मस्या, धक्का भी तो ओही करू जेड़ा करन जोगा हो। हाँ भाई, गल तो तेरी सोलह ने सच है। और मैं धक्का कर लेना किसी नाल? जेड़े शेरा वर्गे चार भरा होंगे ओही धक्का करनगे। ओ असी भी धक्का उत्थी करीदा मस्या जिथे टक्करण दा स्वाद आवे। और देख ला रणजीत नूं किन्ने साल हो गए गोडियां लवाई ओहदियां। ओ किवें भाई? ओए किथे रहना तू, 3 साल हो गए ओहदी जमीन दबी नूं। ओ छड्ड मस्या, आ बैठ जीप च, नाले तेनूं जमीन विखाईए नाले पैग जग लवाईए। गल सुना के तुसी मेनू पहले तोड़ दी दारू वाला नशा कराता। हुण वेखियो मैं किवें चाड़दा कंधा ते कुत्तियां। जगीरो, हुण ना तेनू दाज मिलिया, क्योंकि हुण मैं उन्हां नूं दाज देण जोगे रहण ही नहीं देना। हाँ ओ जादू जी, गड्डी साफ करती? हाँ जी भाई जी। चंगा भाभी जी, मैं चलदा। जित के आई ना अगे कदे हार के आया दसो। बोल चाचू नूं कि जित के आयो चाचा जी। जित के आयो चाचा जी। अच्छा जी, पक्का पक्का तेरे लिए ट्रॉफी लेके आऊंगा। ओके चाचू नु बोलो बेस्ट ऑफ लक। बेस्ट ऑफ लक। थैंक यू। ध्यान रखिए अपना। ओके। रोकियो 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 काका जी, रोकियो रोकियो, बल्ले 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 बल्ले। किवें है काका जी? आ नहर वाली पुल तक तो ले चलो। चला बह जा। आ स्कूटर जिहा खराब हो गया सी, चीमिया नूं जाना सी, नहर वाले पुल तो मिनी मिली। काका जी, आ रिश्ते दे चक्कर च मैं इधर उधर बहुत फिरदा रहना, इस करके मैनूं चंगे माड़े बंदे दी बहुत परख है। आ जिहड़ा तुसीं अपनी भैण दा रिश्ता कीता ना, ओह धूलकोट वाले मास्टर दारा सी उहदे मुंडे नाल, इह कुछ ठीक नहीं कीता। क्यों, की गल आ, उहनां च की बुराई आ? ਉਹ ਜਿਹੜੀ ਜਗੀਰੋ ਬੁੜੀ ਹੈ ਨਾ, ਉਹ ਹੱਦ ਆ ਜਿਹਦੀ ਕਮੀਨੀ ਤੇ ਲਾਲਚੀ ਹੈ। ਇਹ ਗੱਲ ਕਰਨ ਤੋਂ ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ ਕਿ ਉਹ ਹੁਣ ਸਾਡੀ ਰਿਸ਼ਤੇਦਾਰ ਆ। ਉਹ ਕਿਸੇ ਦੀ ਰਿਸ਼ਤੇਦਾਰ ਨਹੀਂ, ਉਹ ਤਾਂ ਪੈਸੇ ਦੀ ਪ੍ਰਧਾਨ ਹੈ, ਇਸੇ ਲਾਲਚ ਦਾ ਉਹਨੇ ਤੁਹਾਡੇ ਨਾਲ ਰਿਸ਼ਤਾ ਕੀਤਾ ਹੈ। ਕਿਉਂ ਕੁੱਤੇ ਵਾਂਗੂ ਭੌਂਕੀ ਜਾਣਾ, ਚੱਲ ਥੱਲੇ ਉਤਰ। ਕਾਕਾ ਜੀ, ਗੱਡੀ ਚੋਂ ਥੱਲੇ ਤਾਂ ਮੈਂ ਉਤਰ ਜਾਣਾ, ਪਰ ਮੇਰੀ ਇੱਕ ਗੱਲ ਯਾਦ ਰੱਖੀ, ਪਹਿਲਾਂ ਤਾਂ ਜਗੀਰੋ ਬੁੜੀ ਰੱਜ ਕੇ ਲੈ ਗਈ ਤੁਹਾਡੇ ਕੋਲੋਂ ਦਾਜ ਦੇਜ, ਫਿਰ ਉਹ ਤੁਹਾਡੀ ਭੈਣ ਨੂੰ ਕਰੇਗੀ ਤੰਗ ਜ਼ਮੀਨ ਜਾਇਦਾਦ ਚੋਂ ਹਿੱਸਾ ਲੈਣ ਵਾਸਤੇ। ਤੇ ਜੇ ਤੁਸੀਂ ਜ਼ਮੀਨ ਜਾਇਦਾਦ ਚੋਂ ਹਿੱਸਾ ਨਾ ਦਿੱਤਾ ਤਾਂ ਫਿਰ ਦਾਜ ਦੀ ਬਲੀ ਚੜ੍ਹਨ ਵਾਲੀ ਕੁੜੀਆਂ ਦੀ ਲਿਸਟ ਵਿੱਚ ਤੁਹਾਡੀ ਭੈਣ ਦਾ ਨਾਮ ਵੀ ਹੋਵੇਗਾ। ਬੱਸਿਆ, ਕੀ ਗੱਲ ਹੈ? 5 ਦਰਿਆ ਬਣੇ ਪਏ ਹੈ, ਕਿਹਨੇ ਚਪੇੜ ਕੱਢ ਮਾਰੀ? ਪ੍ਰਤਾਪ ਨੇ। ਪ੍ਰਤਾਪ ਨੇ? ਹਾਂ, ਐਵੇਂ ਲੰਘਦਾ ਲੰਘਦਾ ਮਾਨੋ ਵੀ ਘਰ ਜਾ ਵੜਿਆ, ਕਹਿੰਦੇ ਪੈਕ ਸ਼ੈਕ ਲਾ ਕੇ ਜਾਈ। दारू पींदे पींदे मैं जमीन दी गल छेड़ती, भाई सारा इलाका तक ही चंडीगढ़ तक जान दे कि जमीन रणजीत सिंह दी है, तुसी ते कब्जा क्यों नहीं छड़ दिंदे? कहण लगे जमीना दे कब्जे तां बंदियां कोल हुंदे आ, उह तां रणमरीद है, उहनूं जमीन दा कब्जा किवें छड़ दईए? उहनां बदमाशां दी इह हिम्मत। मैं कहा वी प्रताप झगड़े दा की फायदा, कल नूं रणजीत सिंह केस जित गया फिर भी तां कब्जा छड्डोंगे? कहण लगे जमीन च वड़ के तां दिखावे, पैर तां पावे, ते डकरे डकरे करके उत्थे ना रप दईए। मैं क्या होश करो, ए होश होश तो उन्ना दे हुन ठिकाने आउणगे मस्या। मैं क्या प्रताप, बहुता ना मोढा तुसी थुको, जे रणजीत सिंह नूं गुस्सा आ गया तां हथ नूं जमीन दा कब्जा लै लेना है। ओया दे लड़ वे कटकियां कीड़ियां आ मारिया तलीर के 5 दरिया बनाते। तू वेखदा तां जा मस्या, मैं अज ही जमीन दा कब्जा लऊंगा ते अज ही उस जमीन च रणजीत सिंह दे हाल चलणगे। रणजीत सिंह दे चेहरे ते बलदी वेख के आया, ओ अग मैं पहला कदे नहीं वेखी।
और तुहाडे लड़न कक्कियां कीड़ियां और अज तुहाडी सारी जमीन बादनी है। तीजे हथियार चक, हुण गल्लां दा टाइम नहीं। जे दुश्मन ने जमीन ही वाती फिर उत्थे करन की जाना। बहुता गुस्सा तां नरक दी अग हुंदा है, तुसीं अपने आप ते काबू पाओ, अपने भरा दा ते इंतजार कर लो। ओ बाई दे आउण तक तां सारा भाणा ही वरत जाणा है भाभी, जे असीं उत्थे जाके दुश्मन दे गोली ना मारी तां। वे क्यों मन मराउण दीआं गल्लां करदे तुसीं, तुसीं चार स्याणे बंदे लैके जाओ जिहड़े रणजीत नाल गल करन। ओ तूं रहण दे कुड़िए, जट्टां दे मामले च कोई स्याणा बंदा नहीं आउंदा। जट्टां दे फैसले सिर ला के या सिर दे के हुंदे आ। तीजे छेती चल, हुण देर ना कर। ਹੁਣ ਆਊਗਾ ਸਵਾਦ, ਤੂੰ ਹੀ ਦਰੀ ਮੁਕਾਬਲਾ ਰਣ ਸੂਰੇ ਗਰਜਣ। ਜਾਤੇ ਕਿਹਨੂੰ ਪੁੱਛ ਕੇ ਟਰੈਕਟਰ ਵਾੜਿਆ ਸਾਡੀ ਜ਼ਮੀਨ ਚ? ਉਹ ਜਿੱਤਿਆ ਮਾਰ ਸਾਲੇ ਦੇ ਚਾਰ ਕਰਦੇ ਕੱਢੇ ਨੇ ਉੱਥੋਂ ਬਾਹਰ। Hello?
जान बख्श दे। पासे हट जा तू। अज मैं अपने वेड़े च अपने भरा दी लाश छड गया ते अज नालों लाशा बना के जाऊ। देख वीरा, जिन्हां ने तेरे भरा नु मारे उन्हां नु उन्हां दे गुनाह दी सजा मिल गई है, पर मैं इक्कियां दे कत्ती मोड़ के जाऊ। बस हट जा। मैं तेरी भैणा वर्गी आ वीरा, अपनी भैण दा सुहाग बख्श दे। अज तक कदे भी इस गुरुआ पीरा दी धरती ते किसे पैर ने भरा दे पैर नहीं फड़े होने। मैं अज तेरे पैर फड़दी आ वीरा। ना पैर ना, जा प्रताप जा। अज मैं तेनू इस पैण करके माफ कर रहा, पर अगे तो कदे मैनू मिले ना तेनू ना रखी जड़ी अज तेरी टाल बन के तेरे सामने आई। हेलो माया, थानेदार साहब हुण केस च कोई कसर ना रह जाए, फांसी लगनी चाहिए साले नूं। तू चतर सिंह दियां चतराइयां देखदा जा, मेखां कढ के रख दूं मेखां। ओह मैं तां आपदे इलाके च चिड़ी नहीं फरकण दित्ती, ओह इहने साले ने दो भले मानस बंदे मार के रखते। बख्शना तां मैं इहनूं वी नहीं सी, उत्तों तुसीं आ भार पाता। मैं इहदे हक च तां नहीं, पर की करिए उत्तों तक हिसाब देना पैंदा। साडी भावे कुली च कख ना रहे पर उन्हां दे महल सुने कर दिओ। की करिए निर्मल कुरे, रब ने बड़ा ही माड़ा कीता है। मैनू तां इह नहीं समझ आउंदी की करिए किधर नूं जाइए। हुण मैं तां इह सोचदी आ कि मैं गल गैवी नूं किवें दसांगी। ਉਹ ਤਾਂ ਰਣਜੀਤ ਸਿਉਂ ਦਾ ਕਰਦਾ ਹੀ ਬੜਾ ਸੀ। ਉਹ ਤਾਂ ਇੱਕ ਖਬਰ ਸੁਣ ਕੇ ਉਹਦੇ ਰੁਕ ਵੀ ਨਹੀਂ ਹੋਣਾ ਹੁਣ। ਨਾ ਮਾਸੀ ਨਾ, ਆਪਾਂ ਇੱਦਾਂ ਨਹੀਂ ਕਰਨਾ। ਰੱਬ ਨੇ ਜਿਹੜੀ ਸਾਡੇ ਤੇ ਭੀੜ ਪਾਈ ਹੈ ਉਹਨੂੰ ਅਸੀਂ ਤਾਂ ਕਿਸੇ ਤਰ੍ਹਾਂ ਚੜ ਲਾਂਗੇ, ਪਰ ਉਸ ਵਿਚਾਰੇ ਦਾ ਕੀ ਬਣੂਗਾ ਜਿਹੜਾ ਪਰਦੇਸਾਂ ਚ ਕੱਲਾ ਬੈਠਾ। ਉਹਨੂੰ ਤਾਂ ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ ਹੋਣਾ। ਮਾਸੀ ਕਹਿ ਵੀ ਨਾ ਕੋਈ ਗੱਲ ਨਾ ਕਰੀ। ਮੈਂ ਰਾਵੀ ਨੂੰ ਵੀ ਕਹਿ ਦਿੱਤਾ ਜੇ ਉਹਦਾ ਫੋਨ ਆਵੇ ਤਾਂ ਉਹਨੂੰ ਕੁਛ ਨਾ ਦੱਸੋ। ਨਾ ਧੀਏ ਨਾ, ਹੁਣ ਤਾਂ ਤੈਨੂੰ ਸਬਰ ਕਰਨਾ ਹੀ ਪੈਣਾ ਹੈ ਧੀਏ, ਸਬਰ ਕਰਨਾ ਹੀ ਪੈਣਾ ਹੈ। ਚੰਗਾ ਭਾਈ ਮੈਂ ਚਲਦੀ ਹਾਂ, ਹੁਣ ਫੇਰ ਗੇੜਾ ਮਾਰੂੰਗੀ। ਹੇ ਸੱਚੇ ਪਾਤਸ਼ਾਹ, ਤੂੰ ਹੀ ਪੀੜ ਪਾਈ ਹੈ, ਤੂੰ ਹੀ ਦੂਰ ਕਰਨੀ ਹੈ। ਵਾਹਿਗੁਰੂ ਵਾਹਿਗੁਰੂ। ਕਿਥੋਂ ਆਇਆ ਕਰਦੀ ਆ? ਵੇ ਗੈਵੀ ਦੇ ਸਹੁਰਿਆਂ ਘਰੋਂ ਆਈ ਆ।
निर्मल कौर तो बैठी है पूड़िया पाके, वे अग्गा लग गई आ, खून खराबे हो गए उथे, उन्ना दा मुंडा उदय पुलिस ने फड़ लिया। ओए कलिए मानसे, ए खबर ता सारे इलाके नु पता होया करती है, सारे दुख मनाउंदे है, तू अज बखरा ही राह क्यों लापन लगी है? वे मुकदमे चलन गे, तरीका पैन गया, उन्ना दा सारा कुछ ता पुलिस वाले ने ते वकीला ने खा जाना, ਹੁਣ ਮੈਨੂੰ ਉਥੋਂ ਕੁਝ ਨਹੀਂ ਲੱਭਣਾ। ਸ਼ਾਬਾਸ਼ ਸ਼ਾਬਾਸ਼ ਮਾਂ ਦੀ ਧੀਏ, ਅਗਲਿਆਂ ਦਾ ਇੱਕ ਪੁੱਤ ਕਤਲ ਹੋ ਗਿਆ, ਦੂਜਾ ਜੇਲ੍ਹ ਜਾ ਬੈਠਾ, ਤੈਨੂੰ ਆਪਣੇ ਲਾਲਚ ਦੀ ਪਈ ਹੈ। ਵੇ ਪਵੇ ਨਾ, ਉਹਨਾਂ ਦੀਆਂ ਤਾਂ ਕੋਠੀਆਂ ਜ਼ਮੀਨਾਂ ਸਭ ਵਿਕ ਜਾਣੀਆਂ ਨੇ, ਉਹਨਾਂ ਦੇ ਪੱਲੇ ਤਾਂ ਰਹਿਣਾ ਹੀ ਕੱਖ ਨਹੀਂ, ਤੇ ਮੇਰੇ ਪੁੱਤ ਨੂੰ ਦਾਜ ਮਿਲਣਾ ਕੱਖ ਨਹੀਂ। ਓਏ ਹੋਏ, ਉਹ ਕਿਵੇਂ ਸਮਝਾਵਾਂ ਤੈਨੂੰ ਪਟਵਾਰੀ ਦੀ ਧੀਏ, ਕੀ ਕਰਾਂ ਮੈਂ ਤੇਰਾ, ਇਹੋ ਜੇ ਮਾੜੇ ਟਾਈਮ ਰਿਸ਼ਤੇਦਾਰਾਂ ਦੇ ਨਾਲ ਖੜਿਆ ਕਰਦੇ ਆ। ਆ ਦੇਖ, ਮੇਰੀ ਤਾਂ ਸਲਾਹ ਹੈ ਵੀ ਆਪਾਂ ਗੈਵੀ ਨੂੰ ਫੋਨ ਕਰ ਦਿੰਦੇ ਆ, ਕੁਛ ਦਿਨਾਂ ਲਈ ਆ ਜਾਊਗਾ। ਓਏ ਜਾ ਓਏ ਚੁੱਡੂਆ, ਜਿੱਡਾ ਤੇਰਾ ਕੱਦ ਓਡੀ ਤੇਰੀ ਅਕਲ, ਨਾ ਮੇਰੇ ਪੁੱਤ ਨੇ ਇੱਥੇ ਆ ਕੇ ਉਹਨਾਂ ਲਈ ਡਾਂਗਾ ਚਲਾਉਣੀਆਂ ਨੇ, ਓ ਮੈਂ ਤਾਂ ਵਿੰਗ ਟੇਡ ਪਾ ਕੇ ਉਹਨਾਂ ਦੇ ਦਿਮਾਗ 'ਚ ਇਹ ਬਿਠਾ ਕੇ ਆਈ ਆ ਕਿ ਉਹ ਮੇਰੇ ਪੁੱਤ ਨੂੰ ਫੋਨ ਤੇ ਕੁਝ ਵੀ ਨਾ ਦੱਸਣ। ਓਏ ਆਪਣੇ ਦਿਮਾਗ ਨੂੰ ਸਿੱਧੀ ਰਾਹ ਤੇ ਪਾ, ਦੇਖ ਰਣਜੀਤ ਸਿੰਘ ਦਾ ਕਿੰਨਾ ਪਿਆਰ ਸੀ ਗੈਵੀ ਨਾਲ, ਉਹਨਾਂ ਕੀ ਕੁਝ ਨਹੀਂ ਕੀਤਾ ਉਹਦੇ ਲਈ, ਤੇ ਤੂੰ ਕਹਿੰਦੀ ਆ ਫੋਨ ਵੀ ਨਾ ਕਰੇ। ਓ ਚੁੱਪ ਕਰ ਜਾ, ਨਾ ਬੋਲੀ ਜਾ, ਓਏ ਨਾ ਨੋੜ ਪਾਈ ਜਾ ਮੇਰੇ ਚਕਮਾ ਤੇ, ਵੇ ਦਿਮਾਗ ਖਰਾਬ ਤੇਰਾ। ਜਗੀਰ ਕੁਰੇ, ਨਿਕਲ ਗਿਆ ਨਾ ਤੇਰੇ ਪੈਰ ਥੱਲਿਓਂ ਬਟੇਰਾ, ਕੱਖ ਨਾ ਰਵੇ ਤੇਰਾ। ਤੈਨੂੰ ਲੜਨ ਕੱਕੀਆਂ ਕੀੜੀਆਂ, ਓਏ ਚੈੱਕ ਤੇਰਾ ਹੁਣ ਮੈਂ ਵੀ ਕੈਸ਼ ਨਹੀਂ ਹੋਣ ਦੇਣਾ ਬੀਬੀ, ਬਣਨ ਤੋਂ ਪਹਿਲਾਂ ਹੀ ਰੁੜ ਗਈਆਂ ਨਾ ਪ੍ਰਧਾਨਗੀਆਂ। ਵੇ ਦਫਾ ਹੋ ਜਾ ਥੇ ਹੋਣਿਆ, ਕੈਦ ਹੋਵੇ ਤੈਨੂੰ, ਤੂੰ ਸੜੇ ਮੁੱਕੇ ਕਿਸੇ ਜੇਲ੍ਹ ਚ। ਹੋਰ ਵੀ ਜਗਿਆ ਕਿਵੇਂ ਹੈ? ਸਤਿ ਸ੍ਰੀ ਅਕਾਲ ਜਨਾਬ। ਓਏ ਆ ਜਾ ਮੱਸਿਆ, ਹੋਰ ਸੁਣਾ ਕੀ ਖਬਰ ਲੈ ਆਪਦੇ ਪਿੰਡ ਦੀ? ਖਬਰ ਤਾਂ ਪੁਰਾਣੀ ਹੈ ਜਨਾਬ, ਮੈਂ ਤਾਂ ਤੁਹਾਨੂੰ ਪੈਸੇ ਧੇਲੇ ਬਾਰੇ ਖਬਰਦਾਰ ਕਰਨ ਆਇਆ ਸੀ। ਉਹ ਕਿਵੇਂ? ਸਰਦਾਰ ਰਣਜੀਤ ਸਿੰਘ ਦੀ ਜਨਾਨੀ ਆਪਣੇ ਦਿਓਰ ਨੂੰ ਬਚਾਉਣ ਵਾਸਤੇ ਜਿੰਨੇ ਪੈਸੇ ਮੰਗੋ ਉਹਨੇ ਦੇ ਦੂਗੀ। ਮੈਂ ਉਹਨੂੰ ਕਿਵੇਂ ਬਚਾਲੂ ਮੱਸਿਆ? ਜਨਾਬ ਬਚਣਾ ਬਚਾਉਣਾ ਤਾਂ ਉਪਰਾਲੇ ਦੇ ਹੱਥ ਹੈ, ਤੁਸੀਂ ਪੈਸੇ ਮੰਗੋ, ਇੱਕ ਵਾਰ ਮੂੰਹ ਤਾਂ ਖੋਲੋ। 25 ਲੱਖ ਮੰਗ ਲਈਏ ਫਿਰ? ਜਨਾਬ ਤੁਸੀਂ ਵੀ ਕਈ ਵਾਰ ਬੜੀ ਨਿੱਕੀ ਜਿਹੀ ਗੱਲ ਕਰ ਜਾਂਦੇ, ਜਿਹਨੇ ਪੈਸੇ ਭਰਤੀ ਆਉਣ ਲੱਗੇ ਦਿੱਤੇ ਸੀ ਨਾ, ਉਸ ਤੋਂ ਬਾਅਦ ਤੁਸੀਂ ਮੰਗ ਹੀ ਨਹੀਂ ਸਕਦੇ। ਸਰਦਾਰ ਨੀ ਉਹਦੇ ਦੇ ਬਰਾਬਰ ਪੈਸੇ ਤੋਲ ਦੂ, ਮੋਟਾ ਬੱਕਰਾ ਹੱਥ ਲੱਗਿਆ ਝਟਕ ਦਿਓ, ਜੇ ਦਿਲ ਕੀਤਾ ਇੱਕ ਅੱਧੀ ਅੱਡੀ ਮੇਰੇ ਵੱਲ ਜੁੜ ਦਿਓ। ਚੰਗਾ ਫਿਰ ਤੇਰੇ ਤੇ ਹੀ ਛੱਡਿਆ, ਤੂੰ ਆਪੇ ਗੱਲ ਕਰ ਲੈ ਉਹਨਾਂ ਨਾਲ ਜਾ ਕੇ। ਉਹਦੇ ਲੜਨ ਕੱਕੀਆਂ ਕੀੜੀਆਂ, ਸਰਦਾਰਨੀ ਥਾਣੇਦਾਰ ਤਾਂ ਬਾਲਾ ਮੂੰਹ ਅੱਡੀ ਬੈਠਾ, ਜਦੋਂ ਮੈਂ ਗੱਲ ਕੀਤੀ ਤਾਂ ਉਂਗਲ ਖੜੀ ਕਰਤੀ, ਮੈਂ ਕਿਹਾ ਵੀ 1 ਲੱਖ ਰੁਪਇਆ ਮੰਗਦਾ ਹੁਣ, ਪਰਸ ਵਾਲੇ ਨੇ ਜਦੋਂ ਮੂੰਹ ਖੋਲਿਆ ਉਹ ਤਾਂ 1 ਕਰੋੜ ਰੁਪਇਆ ਮੰਗਦਾ। ਮੈਂ ਵੀ ਇਹੋ ਕਿਹਾ ਸੀ, ਅੱਗੋਂ ਕਹਿੰਦਾ ਐਡੇ ਵੱਡੇ ਸਰਦਾਰ ਹੈ, ਇੰਨਾ ਮੁੱਲ ਤਾਂ ਦੇਣਾ ਹੀ ਪਊ। ਸਰਦਾਰਨੀ ਬੜੀਆਂ ਮਿੰਨਤਾਂ ਤਰਲੇ ਕਰਕੇ 50 ਲੱਖ ਤੇ ਲੈ ਕੇ ਆਉਂਦਾ। ਪਰ ਇੰਨੇ ਪੈਸੇ ਇੱਕਦਮ ਕਿੱਥੋਂ ਆਉਣਗੇ? ਸਰਦਾਰਨੀ ਭਈ ਇਹੋ ਜਿਹੇ ਮੌਕੇ ਤੇ ਤਾਂ ਸਾਡੇ ਲੋਕਾਂ ਕੋਲ ਜ਼ਮੀਨ ਹੀ ਹੁੰਦੀ ਹੈ, ਕਹਿਣੇ ਪਏ ਤਾਂ ਕਰਨੀ ਪੈਣੀ ਹੈ। ਠੀਕ ਹੈ, ਜੇ ਰੱਬ ਨੇ ਵਕਤ ਪਾਇਆ ਤਾਂ ਸਾਨੂੰ ਇਹ ਸਭ ਕੁਝ ਵੀ ਕਰਨਾ ਹੀ ਪੈਣਾ। ਜੇ ਆਪਾਂ ਇੱਕ ਵਾਰ ਉਸ ਥਾਣੇਦਾਰ ਦਾ ਮੱਥਾ ਡੰਬ ਦਈਏ ਨਾ ਤਾਂ ਉਹਨੇ ਕੇਸ ਕਮਜ਼ੋਰ ਕਰ ਦੇਣਾ, ਮੁੰਡਾ ਤਾਂ ਸਾਡਾ ਐਂ ਬਰੀ ਹੋ ਜੂ ਕਚਹਿਰੀਆਂ। ਉਹ ਵਕੀਲ ਸਾਹਿਬ, ਤੁਹਾਨੂੰ ਲੜਨ ਕੱਕੀਆਂ ਕੀੜੀਆਂ, ਹੁਣ ਤੁਸੀਂ ਤਰੀਕਾ ਤੋਂ ਤਰੀਕਾ ਹੀ ਪਏ ਜਾਓਗੇ?
मैनू तो लगता वकील नाराज हो गया। नाराज होया नहीं काका जी, नाराज किया मैं इन्हों चंगी तरह जानता है। ਇਹ ਦੂਸਰੀ ਪਾਰਟੀਆਂ ਰਲ ਲਗੇ 1 ਮਿੰਟ ਲਾਉਂਦੇ ਆ। ਪਰ ਚਾਚਾ ਜੀ ਤੁਹਾਡੇ ਕਹਿੰਦੇ ਤਾਂ ਅਸੀਂ ਪਹਿਲਾਂ ਹੀ 3-4 ਵਕੀਲ ਕਰ ਚੁੱਕੇ ਆ। ਉਹ ਕੁੜੀਆਂ ਨੂੰ 5ਵਾਂ ਵਕੀਲ ਕਰਨ ਨੂੰ ਵੀ ਤਾਂ ਮੈਂ ਹੀ ਕਹਿ ਰਿਹਾ। ਮੈਂ ਇੱਕ ਐਸੇ ਵਕੀਲ ਨਾਲ ਗੱਲ ਕੀਤੀ ਹੈ ਜਿਹਦੀ ਜੱਜ ਨਾਲ ਸਿੱਧੀ ਗੱਲ ਹੈ। ਆ ਥੋੜੇ ਪੈਸੇ ਤਾਂ ਜ਼ਰੂਰ ਲੱਗ ਜਾਣਗੇ ਪਰ ਕਾਕਾ ਜੀ ਬਾਹਰ ਆ ਜਾਣਗੇ। ਜਿਵੇਂ ਤੁਹਾਡੀ ਸਲਾਹ ਕਰ ਲਓ। ਬਸ ਉਹਦੇ ਇਸ ਨਰਕ ਚੋਂ ਬਾਹਰ ਆਉਣਾ ਚਾਹੀਦਾ ਹੈ। ਠੀਕ ਹੈ। ਹੈਲੋ। ਕੀ ਹਾਲ ਹੈ ਮੇਰੀ ਜਾਨ ਦਾ? ਠੀਕ ਹੈ। ਇੰਨਾ ਢਿੱਲਾ ਠੀਕ ਹੈ? ਮੈਂ ਤਾਂ ਸੋਚਿਆ ਸੀ ਕਿ ਮੇਰੀ ਆਵਾਜ਼ ਸੁਣ ਕੇ ਤੂੰ ਫੁੱਲ ਵਾਂਗੂ ਖਿੜ ਜਾਏਂਗੀ। ਪਰ ਤੂੰ ਤਾਂ ਆਏ ਠੀਕ ਹੈ ਜਿਵੇਂ ਸੌਂਬਰਿਆਂ ਦੀ ਬਿਮਾਰ ਹੋਵੇ। ਚੱਲ ਅੱਛਾ, ਬਾਕੀ ਸਾਰੇ ਪਰਿਵਾਰ ਦਾ ਕੀ ਹਾਲ ਹੈ? ਬਾਈ ਜੀ ਹੋਰੇ ਕਿੱਦਾਂ? ਵੀਰ ਜੀ ਤਾਂ ਕੀ ਹੋਇਆ ਬਾਈ ਜੀ ਨੂੰ? ਕੁਛ ਨੀ, ਠੀਕ ਨੇ, ਉਹ ਬਿਲਕੁਲ ਠੀਕ ਨੇ। ਘਰ ਨੀ ਹੈਗੇ, ਕਿਤੇ ਗਏ ਹੋਏ ਨੇ। ਮੈਂ ਕੱਲੀ ਆ ਘਰ। ਰਾਵੀ ਤੂੰ ਇਕੱਲੀ ਕਿਉਂ ਹੈ? ਮੇਰਾ ਦਿਲ ਤੇਰੇ ਨਾਲ ਹੈ। ਨਾਲੇ ਦੇਖ ਯਾਰ, ਐਵੇਂ ਉਦਾਸ ਨਾ ਹੋਇਆ ਕਰ। ਮੈਨੂੰ ਪਤਾ ਹੈ ਕਿ ਮੇਰੇ ਜਲਦੀ ਫੋਨ ਨਾ ਕਰਨ ਕਰਕੇ ਤੂੰ ਮੇਰੇ ਨਾਲ ਨਾਰਾਜ਼ ਰਹਿਣੀ ਹੈ। ਪਰ ਮੈਂ ਕੀ ਕਰਾਂ, ਸਵੇਰੇ ਸਵੇਰੇ ਕੰਮ ਤੇ ਜਾਣਾ, ਸ਼ਾਮ ਨੂੰ ਫਿਰ ਯੂਨੀਵਰਸਿਟੀ, ਫਿਰ ਕੰਮ ਤੇ, ਇੱਕ ਮਿੰਟ ਦਾ ਵੀ ਵਿਹਲ ਨਹੀਂ। ਚੱਲ ਰਾਵੀ, ਮੇਰੇ ਜਾਣ ਦਾ ਟਾਈਮ ਹੋ ਗਿਆ, ਮੈਂ ਤੈਨੂੰ ਦੁਬਾਰਾ ਕਿਸੇ ਹੋਰ ਦਿਨ ਫੋਨ ਕਰੂੰ, ਠੀਕ ਹੈ? ਠੀਕ ਹੈ, ਸਤਿ ਸ਼੍ਰੀ ਅਕਾਲ। ਓਕੇ ਜੀ, ਸਤਿ ਸ਼੍ਰੀ ਅਕਾਲ। ਕੋੜੀ ਨਾ ਮੱਝ ਤੇ ਮੱਸਿਆ ਹੁਣ ਨਾ ਪਰਦੇ ਕੱਚ। ਖੁੱਲ ਕੇ ਬੋਲ ਮੱਸਿਆ, ਖੁੱਲ ਕੇ। ਵੇ ਕੀ ਬੁਝਾਰਤਾ ਪਾਈ ਜਾਣਾ, ਬਕ ਕੀ ਬਕਦਾ? ਆਏ ਹਾਏ 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 ਹਾਏ, ਬਈ ਬੜਾ ਅਫਸੋਸ ਹੋਇਆ ਤੇਰੇ ਕੁੜਮਾਂ ਦੀ ਬਰਬਾਦੀ ਸੁਣ ਕੇ। ਪੰਜਾਬ ਦੇ ਲੋਕ ਜਾਂ ਤਾਂ ਵਿਆਹ ਸ਼ਾਦੀਆਂ ਤੇ ਬਰਬਾਦ ਹੁੰਦੇ ਆ, ਜਾਂ ਫਿਰ ਮੁਕੱਦਮਿਆਂ ਤੇ। ਵਿਆਹ ਦੀ ਸੁੱਖੀ ਸਾਂਦੀ ਨੌਬਤ ਕੋਈ ਨੀ ਆਈ ਤੇ ਮੁਕੱਦਮਿਆਂ ਨੇ ਤੇਰੇ ਕੁੜਮਾਂ ਦਾ ਰਹਿਣ ਕੁਛ ਨੀ ਦਿੱਤਾ। ਮੇਰੀ ਜੁੱਤੀ ਨੂੰ ਮੈਨੂੰ ਕੀ ਦੱਸ ਰਿਹਾ? ਦੱਸ ਨੀ ਰਿਹਾ ਬੀਬੀ, ਪੁੱਛ ਰਿਹਾ ਹੁਣ ਮੇਰੀ ਪੱਪੀ ਬਾਰੇ ਕੀ ਖਿਆਲ ਹੈ। ਦੁਰ ਫੇਟੇ ਮੂੰਹ ਤੇਰੇ ਦੋਵਾਂ ਦੇ ਬੀਬੀ, ਦੋਵਾਂ ਦੇ। ਚਾਰ ਇੱਟਾਂ ਰਹਿ ਗਈਆਂ ਕੋਠੀ ਦੀਆਂ, ਉਹ ਵੀ ਕਹੀਆਂ ਸਮਝ। ਭਾਬੀ ਮੈਨੂੰ ਪਤਾ ਲੱਗਿਆ ਤੁਸੀਂ ਕੋਠੀ ਵੀ ਗਹਿਣੇ ਕਰਤੀ। ਤੂੰ ਜ਼ਮੀਨਾਂ ਤੇ ਕੋਠੀਆਂ ਦੀ ਪਰਵਾਹ ਨਾ ਕਰ, ਤੇਰੀ ਜਾਨ ਤੋਂ ਵੱਧ ਕੇ ਸਾਨੂੰ ਹੋਰ ਕੋਈ ਚੀਜ਼ ਪਿਆਰੀ ਨਹੀਂ। ਬਸ ਤੂੰ ਸੁਖੀ ਸਾਂਦੀ ਘਰ ਵਾਪਸ ਆਉਣਾ ਚਾਹੀਦਾ। ਉਹ ਘਰ ਤਾਂ ਸਮਝੋ ਹੁਣੇ ਆ ਹੀ ਗਿਆ, ਹੁਣ ਤਾਂ ਮਸਲਾ ਇੱਕ ਮੌਕੇ ਦੀ ਗਵਾਹੀ ਦਾ ਰਹਿ ਗਿਆ। ਜੇ ਉਹ ਮੁੱਕਰ ਜੇ ਤਾਂ ਆਪਣਾ ਮੁੰਡਾ ਬਰੀ ਸਮਝੋ। ਵਕੀਲ ਸਾਹਿਬ, ਇੰਨੇ ਪੈਸੇ ਖਰਚਣ ਦਾ ਕੀ ਫਾਇਦਾ ਹੋਇਆ ਜੇ ਗੱਲ ਹਾਲੇ ਵੀ ਉੱਥੇ ਫਸੀ ਹੋਈ ਹੈ? ਇਹ ਸਭ ਪੈਸੇ ਖਰਚਣ ਕਰਕੇ ਹੀ ਹੈ ਕਿ ਉਹਦੇ ਫਾਂਸੀ ਤੋਂ ਬਚ ਗਿਆ। ਉਹ ਜਦੋਂ ਮੌਕੇ ਦੀ ਗਵਾਹ ਪ੍ਰਤਾਪ ਦੀ ਘਰਵਾਲੀ ਇਹ ਕਹੇਗੀ ਕਿ ਉਹਨੇ ਕਤਲ ਹੁੰਦੇ ਆਪਣੀ ਅੱਖੀਂ ਵੇਖਿਆ, ਤਾਂ ਜੱਜ ਨੂੰ ਘੱਟੋ ਘੱਟ ਉਮਰ ਕੈਦ ਤਾਂ ਦੇਣੀ ਪਊ। ਵਕੀਲ ਸਾਹਿਬ, ਉਹ ਮੇਰੇ ਖਿਲਾਫ ਗਵਾਹੀ ਨਹੀਂ ਦੇਗੀ, ਉਹਨੇ ਮੈਨੂੰ ਆਪਣਾ ਭਰਾ ਮੰਨਿਆ। ਭਰਾ ਤਾਂ ਉਹਨੇ ਤੈਨੂੰ ਆਪਣੇ ਮਤਲਬ ਲਈ ਮੰਨਿਆ ਸੀ ਉਹਦੇ। ਨਹੀਂ ਨਹੀਂ ਭਾਬੀ, ਭੈਣਾਂ ਕਦੇ ਮਤਲਬ ਹੀ ਨਹੀਂ ਹੁੰਦੀਆਂ। ਮੈਂ ਉਸ ਨਾਲ ਗੱਲ ਜ਼ਰੂਰ ਕਰੂੰਗੀ। ਚੁੱਪ ਕਰ ਜਾ ਰਾਵੀ, ਚੁੱਪ ਕਰ ਜਾ। ਇਹ ਨਾ ਭੁੱਲ ਕਿ ਮੈਂ ਪ੍ਰਤਾਪ ਦੀ ਘਰਵਾਲੀ ਹਾਂ। ਮੈਂ ਪ੍ਰਤਾਪ ਦੀ ਘਰਵਾਲੀ ਕੋਲ ਨਹੀਂ, ਉਸ ਮਨਜੀਤ ਕੌਰ ਕੋਲ ਆਈ ਹਾਂ ਜਿਹਨੇ ਉਹਦੇ ਨੂੰ ਭਰਾ ਬਣਾ ਕੇ ਆਪਣਾ ਸੁਹਾਗ ਬਚਾਇਆ ਸੀ। ਰਾਵੀ, ਤੇਰੇ ਸੁਹਾਗ ਨੂੰ ਬਚਾਉਣ ਵਾਲਾ ਅੱਜ ਆਪ ਕੈਦਖਾਨਿਆਂ ਦੇ ਹਨੇਰਿਆਂ ਵੱਲ ਤੁਰਿਆ ਜਾ ਰਿਹਾ ਹੈ। ਰਾਵੀ, ਮੈਂ ਕੁਝ ਨਹੀਂ ਕਰ ਸਕਦੀ, ਕੁਝ ਨਹੀਂ ਕਰ ਸਕਦੀ ਮੈਂ। ਤੂੰ ਸਭ ਕੁਝ ਕਰ ਸਕਦੀ ਹੈ ਮਨਜੀਤ, ਅਦਾਲਤ ਕੋਲ ਤੇਰੀ ਗਵਾਹੀ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ। ਅੱਗ ਤੇ ਖੂਨ ਦੀ ਜਿਹੜੀ ਖੇਡ ਇਸ ਘਰ 'ਚ ਖੇਡੀ ਗਈ, ਤੂੰ ਉਸ ਨੂੰ ਆਪਣੀ ਅੱਖਾਂ ਨਾਲ ਵੇਖਿਆ ਸੀ, ਤੇ ਤੂੰ ਇਹ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਪਹਿਲ ਕਿਹਨੇ ਕੀਤੀ ਸੀ। ਤੂੰ ਮੇਰੇ ਕੋਲੋਂ ਉਹਦੇ ਦੇ ਹੱਕ ਵਿੱਚ ਗਵਾਹੀ ਦਿਵਾਉਣਾ ਚਾਹੁੰਦੀ ਹੈ? ਮੈਂ ਇੱਕ ਗੈਰਤਮੰਦ ਭਰਾਵਾਂ ਦੀ ਭੈਣ ਆ ਮਨਜੀਤ, ਤੇਰੇ ਕੋਲੋਂ ਝੂਠ ਬੁਲਵਾਉਣ ਨਹੀਂ ਆਈ, ਤੈਨੂੰ ਹੱਕ ਸੱਚ ਦੀ ਪਹਿਚਾਣ ਕਰਵਾਉਣ ਆਈ ਆ। ਜੇ ਮੈਂ ਉਹਦੇ ਦੇ ਹੱਕ ਵਿੱਚ ਗਵਾਹੀ ਦਿੱਤੀ ਤਾਂ ਮੇਰਾ ਘਰ ਉੱਜੜ ਜਾਏਗਾ, ਮੈਂ ਬਰਬਾਦ ਹੋ ਜਾਵਾਂਗੀ। ਨਹੀਂ, ਮੈਂ ਇੱਕ ਕਮਜ਼ੋਰ ਔਰਤ ਆ ਰਾਵੀ, ਇੱਕ ਕਮਜ਼ੋਰ ਔਰਤ, ਮੈਂ ਕੁਝ ਨਹੀਂ ਕਰ ਸਕਦੀ।
फिर ए सोच के गवाही दई मंजीत कि एक दिन आपा सब ने उस रब नु जान देनी है। उस सच्चे रब दी दरगाह विच साडे कर्मां दे नबेड़े होणगे, झूठ ते सच का हिसाब होवेगा। ओथे ना ते कोई प्रताप किसे मंजीत नु वसा सकेगा ते ना ही उचार सकेगा। ਬੀਬਾ ਜੀ, ਤੁਸੀਂ ਪੁਲਿਸ ਨੂੰ ਦਿੱਤੇ ਹੋਏ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਤੁਸੀਂ ਉਦੇ ਨੂੰ ਕਤਲ ਕਰਦੇ ਹੋਏ ਆਪਣੀ ਅੱਖਾਂ ਨਾਲ ਦੇਖਿਆ। ਜੀ ਨਹੀਂ, ਮੈਂ ਤਾਂ ਕੋਠੀ ਅੰਦਰ ਡਰੀ ਬੈਠੀ ਸਾਂ। ਥੋੜੀ ਦੇਰ ਬਾਅਦ ਜਦੋਂ ਸ਼ਾਂਤੀ ਹੋਈ ਤਾਂ ਮੈਂ ਬਾਹਰ ਆਈ। ਮੇਰੇ ਦਿਓਰਾਂ ਦੀਆਂ ਲਾਸ਼ਾਂ ਪਈਆਂ ਸਨ ਤੇ ਉਹਦੇ ਮੇਰੇ ਪਤੀ ਨੂੰ ਮਾਰਨ ਲੱਗਾ ਸੀ। ਅੱਛਾ, ਫਿਰ ਉਸਨੇ ਮਾਰਿਆ ਕਿਉਂ ਨਹੀਂ? ਜੀ, ਮੈਂ ਉਹਦੇ ਦੇ ਪੈਰ ਫੜ ਲਏ ਤੇ ਆਪਣੇ ਪਤੀ ਨੂੰ ਬਖਸ਼ਣ ਲਈ ਕਿਹਾ। ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਉਹਦੇ ਨੂੰ ਕਤਲ ਕਰਦੇ ਹੋਏ ਨਹੀਂ ਦੇਖਿਆ? ਜੀ ਨਹੀਂ, ਮੇਰੇ ਸਾਹਮਣੇ ਤਾਂ ਉਹਦੇ ਨੇ ਕਿਸੇ ਦਾ ਕਤਲ ਨਹੀਂ ਕੀਤਾ। ਬਸ ਵੀ ਭਾਈ, ਹੁਣ ਤੁਸੀਂ ਬੈਠ ਸਕਦੇ। जिस ਨੂੰ ਪੁਲਿਸ ਨੇ ਕੋਰਟ ਵਿੱਚ ਮੌਕੇ ਦੀ ਗਵਾਹ ਬਣਾ ਕੇ ਪੇਸ਼ ਕੀਤਾ ਹੈ, ਉਸ ਦਾ ਕਹਿਣਾ ਹੈ ਕਿ ਉਸਨੇ ਕੋਈ ਵੀ ਕਤਲ ਹੁੰਦਾ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ। ਉਸਨੇ ਸਿਰਫ ਚੱਲਦੀਆਂ ਹੋਈਆਂ ਗੋਲੀਆਂ ਦੀ ਆਵਾਜ਼ ਸੁਣੀ ਤੇ ਮਰਨ ਵਾਲੇ ਦੋਵਾਂ ਬੰਦਿਆਂ ਨੂੰ ਲੱਗੀਆਂ ਗੋਲੀਆਂ ਉਹਦੇ ਦੀ ਬੰਦੂਕ ਦੀਆਂ ਨਹੀਂ ਸਨ। ਇਸ ਲਈ ਉਹਨਾਂ ਦੀ ਮੌਤ ਪਿੱਛੇ ਕਿਸ ਦਾ ਹੱਥ ਹੈ ਅਸੀਂ ਪੱਕੇ ਤੌਰ ਤੇ ਕੁਝ ਵੀ ਨਹੀਂ ਕਹਿ ਸਕਦੇ। That's all, my lord. ਗਵਾਹਾਂ ਦੇ ਬਿਆਨਾਤ, ਹਾਲਾਤੀ ਸਬੂਤ ਤੇ ਕੇਸ ਦੀ ਛਾਣਬੀਣ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਕੋਰਟ ਇਸ ਨਤੀਜੇ ਤੇ ਪਹੁੰਚੀ ਹੈ ਕਿ ਪੁਲਿਸ ਤੇ ਸਰਕਾਰੀ ਵਕੀਲ ਇਹ ਪੂਰੀ ਤਰ੍ਹਾਂ ਸਾਬਤ ਨਹੀਂ ਕਰ ਸਕੇ ਕਿ ਕਤਲ ਉਦੇ ਸਿੰਘ ਨੇ ਹੀ ਕੀਤੇ ਹਨ। ਇਸ ਲਈ ਉਦੇ ਸਿੰਘ ਨੂੰ ਬਾਇੱਜ਼ਤ ਬਰੀ ਕੀਤਾ ਜਾਂਦਾ ਹੈ। ਕੋਰਟ ਇਜ਼ ਅਡਜਰਨ। ਕੀ ਕਰ ਰਹੇ ਤੁਸੀਂ? ਜਿਸ ਤਰ੍ਹਾਂ ਮੇਰੇ ਘਰੋਂ ਤੇ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ। ਪਰ ਮੈਂ ਕੀਤਾ ਕੀ ਹੈ? ਮੇਰਾ ਕਸੂਰ ਕੀ ਹੈ? ਕਸੂਰ ਪੁੱਛਦੀ ਹੈ? ਮੇਰੇ ਭਰਾਵਾਂ ਦੇ ਕਾਤਿਲ ਦੇ ਹੱਕ ਵਿੱਚ ਗਵਾਹੀ ਦੇ ਕੇ ਮੈਂ ਤਾਂ ਪੁੱਛਦੀ ਹਾਂ ਕਸੂਰ ਕੀ ਹੈ? ਤੁਹਾਡੇ ਭਰਾਵਾਂ ਨੇ ਵੀ ਤਾਂ ਇੱਕ ਸੁਹਾਗਣ ਦਾ ਸੁਹਾਗ ਉਜਾੜਿਆ ਸੀ, ਇੱਕ ਬੱਚੇ ਦੇ ਪਿਓ ਨੂੰ ਕਤਲ ਕੀਤਾ ਸੀ, ਇੱਕ ਭਰਾ ਦੀ ਬਾਹ ਭੰਨੀ ਸੀ। ਉਹਦੇ ਨੂੰ ਬਚਾ ਕੇ ਮੈਂ ਕੋਈ ਗੁਨਾਹ ਨਹੀਂ ਕੀਤਾ। ਜਵਾਨ ਸੰਭਾਲ ਤੇ ਇੱਥੋਂ ਦਫਾ ਹੋ ਜਾ। ਹੋਸ਼ ਕਰ ਪ੍ਰਤਾਪ, ਤੈਨੂੰ ਇਸ ਤਰ੍ਹਾਂ ਤੇ ਚੁੱਕਦਿਆਂ ਸ਼ਰਮ ਨਹੀਂ ਆਉਂਦੀ? ਮੱਤਾ ਨਾ ਦੇ ਬੁੜਿਆ, ਲੈ ਜਾ ਆਪਣੀ ਲਾਡੀ ਨੂੰ। ਸੱਚ ਬੋਲਣ ਦਾ ਇਹਨੂੰ ਬੜਾ ਸ਼ੌਕ ਹੈ। ਸੱਚਾਈ ਤੈਨੂੰ ਫਿਰ ਸਿਰ ਚ ਮਿਲ ਗਿਆ ਪ੍ਰਤਾਪ। ਮੈਨੂੰ ਆਪਣੀ ਧੀ ਤੇ ਮਾਣ ਹੈ, ਮੈਂ ਸੱਚਾਈ ਦਾ ਅੰਜਾਮ ਵੀ ਜਾਣਦਾ ਸੀ। ਚੱਲ ਪੁੱਤ, ਸੱਚ ਬੋਲਣ ਵਾਲਿਆਂ ਨੂੰ ਤਾਂ ਦੁੱਖ ਸਹਿਣਾ ਹੀ ਪੈਂਦਾ ਹੈ। ਉਦੇ, ਹੁਣ ਕੀ ਹੋਏਗਾ? ਤੇਰੀ ਤਾਂ ਪੜ੍ਹਾਈ ਵੀ ਵਿਚਕਾਰ ਰਹਿ ਗਈ। ਸਿਰਫ ਪੜ੍ਹਾਈ ਨਹੀਂ ਮਨਦੀਪ, ਮੇਰਾ ਤਾਂ ਸਭ ਕੁਝ ਬਿਖਰ ਗਿਆ। ਦੁੱਖਾਂ ਦਾ ਐਸਾ ਹੜ ਆਇਆ ਕਿ ਸਾਡੇ ਪਰਿਵਾਰ ਦਾ ਸਭ ਕੁਝ ਰੋੜ ਕੇ ਲੈ ਗਿਆ। ਅਸੀਂ ਤਾਂ ਬਾਈ ਨੂੰ ਇਕੱਠੇ ਬਹਿ ਕੇ ਰੋ ਵੀ ਨਾ ਸਕੇ। ਚੱਲ ਛੱਡ, ਜ਼ਖਮਾਂ ਨੂੰ ਜਿੰਨਾ ਕੁਰੇਦਾਂਗੇ ਓਨੇ ਵੱਧ ਰਿਸਣਗੇ। ਹੁਣ ਤੂੰ ਅੱਗੇ ਦੀ ਸੋਚ। ਸੋਚਣਾ ਕੀ ਹੈ, ਹੁਣ ਤਾਂ ਸਾਰੀ ਜ਼ਿੰਮੇਵਾਰੀ ਮੇਰੀ ਹੈ। ਜੱਟਾਂ ਦੇ ਪੁੱਤਾਂ ਨੂੰ ਇੱਕੋ ਹੀ ਕੰਮ ਆਉਂਦਾ, ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਾਂਗਾ। ਭਾਬੀ ਤੇ ਤਾਂ ਪਹਿਲਾਂ ਹੀ ਬਹੁਤ ਦੁੱਖ ਪਏ ਨੇ, ਉਹਨੂੰ ਕੋਈ ਹੋਰ ਦੁੱਖ ਨਹੀਂ ਹੋਣ ਦੇਣਾ। ਸ਼ਾਬਾਸ਼ ਉਹਦੇ, ਸ਼ਾਬਾਸ਼। ਮੇਰੀ ਇੱਕ ਗੱਲ ਹੋਰ ਪੱਲੇ ਬੰਨ ਲੈ, ਇਹ ਜ਼ਿੰਦਗੀ ਵੀ ਕਬੱਡੀ ਦੇ ਮੈਚ ਵਰਗੀ ਹੈ ਤੇ ਇਹਦੇ ਵਿੱਚ ਇੱਕ ਇੱਕ ਪੁਆਇੰਟ ਲੈਣ ਦੇ ਲਈ ਘੋਲ ਕਰਨਾ ਪੈਂਦਾ ਤੇ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ ਕਿ ਤੂੰ ਇਸ ਘੋਲ ਦੇ ਵਿੱਚੋਂ ਵੀ ਜੇਤੂ ਹੋ ਕੇ ਨਿਕਲੇਂਗਾ। ਕੋਸਾ, ਬਾਕੀ ਤਾਂ ਮੈਂ ਸਭ ਕੁਝ ਸੈੱਟ ਕਰ ਲਵਾਂਗਾ। ਬਸ ਹੁਣ ਤਾਂ ਸਿਰਫ ਇੱਕੋ ਫਿਕਰ ਹੈ ਕਿ ਰਾਵੀ ਦਾ ਵਿਆਹ ਜਲਦੀ ਹੋ ਜਾਏ, ਤੂੰ ਆਪਣੇ ਘਰ ਚਲੀ ਜਾਵੇ। ਵਿਆਹ? ਉਹ ਵੀ ਰਾਵੀ ਨਾਲ? ਨਾ 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 ਨਾ, ਉਹਨਾਂ ਭੁੱਖਾ ਨੰਗਾ ਦੇ ਮੈਂ ਨਹੀਂ ਵਿਆਹਣਾ ਆਪਣੇ ਪੁੱਤ ਨੂੰ।
हुण तां तोता सिया कोई एहो जा कर लब जिथे कुड़ी भी सोनी मिले ते आके मेरा घर भी भर दे सारा इलाका अड्डिया चक चक वेखे घर तो बीबी जी मैं लभ लिया है कुड़ी पढ़ी लिखी मैं मार गी सोनी सनखी अमीर प्यो दी कली कली थी समान ट्रक भर भर के नाल वड्डी गड्डी नगद जो तू मुंह हो गए वे तेरे मुंह च क्यों शक्कर तो दसिया अपा अपा कदों चली उठे आपा नु बीबी जी उन्हां दे घरे जाण दी की लोड़ है कुड़ी दा प्यो ता आप आऊ चल के साडे घरे नाले कुड़ी लेके आऊ कुड़ी ते भी माड़ी जी नजर मार ली नाल दाज वाली लिस्ट भी बना दी नाल बीबी जी मेरा भी ख्याल रखियो वे तेनू निहाल कर दू तोता सिया पटवारी दी तिया कोई मखौल नहीं हुण ता लड्डू खाना बणदा ले दस खा ले हां जी दसो भाभी जी कल नू राजू दे स्कूल दी फीस भरनी है ते घर का समान भी लिया वाला है कुछ मैं सोचती सी मेरिया चूड़ियां ले जाके बेच दे तू बस भाभी आज ये गल कहती दोबारा ना कहीं हुण ये सारे काम मेरे आ मेरी जिम्मेवारी आ मैं सारी कबीलदारी तेरे सिर ते किता पा दिया बस तू चूड़ियां वेच कहा ना भाभी इस गल नू इत्थे बंद कर दे मैं आड़ती कोल जाना ते जाके कुछ पैसे फड़ के लियाना तू एक काम कर भाभी रावी दे सहुरियां वाल जाके पता तो कर गया भी कदों आऊगा फिर उस हिसाब नाल आपां रावी दे व्याह दी तैयारी करिए जे उन्हें छेती आना होया तो मासी नाल व्याह दी तरीक पक्की करे चंगा ठीक है सत श्री अकाल मासी जी एक कित्थों आ गई की गल मासी सत श्री अकाल दा जवाब ही नहीं दिता जवाब पहुंच जूगा तेरे घर इत्थे की लैना है तू मैं तो यही पूछना आई सी के कैवी ने कदों आना है तेनू गया भी ना की क्यों मासी कैवी तो साडे घर का जवाई है ते जवाई तो सहुरिआं नू पुत्तां तों भी वध के हुंदे ने पुत्त नी ऐदां भी कोई बनाया पुत्त बणदे है पुत्त हुंदे है मावां दे ते मैं मां उहदी तेरा भला उहदे नाल की रिश्ता ओही रिश्ता मासी जिहदियां गंढां तूं अपने हत्थां नाल मारियां सी नी तां ही तां दंदां नाल खोल रही हां साडे वालों मंगनी टूटी समझो की हो गया मासी तू पहले तो इदा दी नहीं सी नी ओ जगीर को लद गई जेड़ी तुहानू न्यो न्यो के सलामा कर दी सी हुण ओ वक्त वेले गए ता फिर मासी तू वक्त वेले नू सलामा कर दी सी नी मैं की सारा जमाना ही ओ करदा है मैं भी उन्ना चारी खुश सा जदों मैंने तुहाड़ी थाली च कुछ दीदा सी ਹੁਣ ਤਾਂ ਤੇਰੇ ਕੋਲੇ ਆਪਣੀ ਨਨਾਣ ਨੂੰ ਦੇਣ ਲਈ ਫੁੱਟੀ ਕੌਡੀ ਵੀ ਨਹੀਂ ਆ ਤੇ ਮੈਂ ਆਪਣਾ ਮੁੰਡਾ ਖੂਚ ਨਹੀਂ ਤੱਕਣਾ ਨਾ ਮਾਸੀ ਨਾ ਰੱਬ ਤੋਂ ਡਰ ਮਾਸੀ ਇੱਕ ਧੀ ਦੀ ਮਾਂ ਫੜ ਕੇ ਸੋਚ ਪੁੱਤਰ ਗੋਦੀ ਚੱਕਿਆ ਹੋਵੇ ਤਾਂ ਹਰ ਮਾਂ ਆਡੀਆਂ ਚੁੱਕ ਚੁੱਕ ਕੇ ਤੁਰਦੀ ਹੈ ਮਾਸੀ ਨੀ ਤੁਰਾ ਨਾ ਮੇਰੇ ਪੁੱਤ ਨੂੰ ਰਿਸ਼ਤਿਆਂ ਦਾ ਕਾਟਾ ਨਹੀਂ ਚੰਗੇ ਤੋਂ ਚੰਗਾ ਰਿਸ਼ਤਾ ਤੇ ਦਾਜ ਵੀ ਮੋਹ ਮੰਗਿਆ ਮਿਲਦਾ ਹੈ ਪਤਾਚਾ ਨਾ ਕਰਨੀ ਵਾਸਤੇ ਹੁੰਦੇ ਮਾਸੀ ਤੇ ਭੁੱਖੇ ਨੰਗੇ ਘਰਾਂ ਵਿੱਚ ਪੁੱਤਰ ਵੀ ਨਹੀਂ ਵਿਆਹ ਜਾਂਦੇ ਨਾ ਮਾਸੀ ਨਾ ਇਹਦਾ ਨਾ ਕਰ ਮੇਰੀ ਚੁੰਨੀ ਉੱਲਰ ਉੱਲਰ ਕੇ ਤੇਰੇ ਪੈਰਾਂ 'ਚ ਡਿੱਗਦੀ ਪਈ ਹੈ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਨਾ ਕਰ ਮਾਸੀ ਜਿੱਥੇ ਮਰਜ਼ੀ ਵਿਆਹ ਲਓ ਆਪਣੀ ਕੁੜੀ ਨੂੰ ਸਾਡੇ ਵੱਲੋਂ ਜਵਾਬ ਆ ਨਾ ਮਾਸੀ ਨਾ ਤੇਰੇ ਅੱਗੇ ਹੱਥ ਜੋੜਦੀ ਹਾਂ ਸਾਡੇ ਤੇ ਜ਼ੁਲਮ ਨਾ ਕਰ ਮਾਸੀ ਮੈਂ ਉਸ ਬੁੜੀ ਦਾ ਟੱਕਰੇ ਕਰ ਦੇਗਾ ਭਾਬੀ ਕਿ ਤੇਰੀ ਭੈਣ ਦਾ ਸਹੁਰਾ ਕਰ ਤੇ ਅਸੀਂ ਉਹਨਾਂ ਅੱਗੇ ਬੋਲਦੇ ਚੰਗੇ ਨਹੀਂ ਲੱਗਦੇ ਬੋਲਦੇ ਚੰਗੇ ਕਿਉਂ ਨਹੀਂ ਲੱਗਦੇ ਧੀਆਂ ਦਾ ਰਿਸ਼ਤਾ ਕਰਕੇ ਮਾਪੇ ਗੁੰਗੇ ਤਾਂ ਬੋਲੇ ਤਾਂ ਨਹੀਂ ਹੋ ਜਾਂਦੇ ਜਿਨ੍ਹਾਂ ਹੱਥਾਂ ਨਾਲ ਉਸ ਬੁੜੀ ਨੇ ਤੈਨੂੰ ਧੱਕੇ ਮਾਰਿਆ ਮੈਂ ਉਹਦੇ ਹੱਥ ਮਾਰ ਦਿਆਂਗਾ ਮੈਂ ਤੂੰ ਕੌਣ ਸੁਣਾ ਉਹਨਾਂ ਨੂੰ ਕੁਝ ਕਹਿਣ ਵਾਲਾ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਮੈਂ ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦਾ ਨਹੀਂ ਕਰ ਸਕਦਾ
तेनू ये जहर पीना पाएगा उदे ए मेरा हुक्म है भाभी सारी उम्र अपनी भैन दे सहुरे अगे सिर नहीं चुकेगा मेरे नाल वादा कर मैनू कॉल दे कि जो कुछ मेरे नाल होया भुल जाएगा पर भाभी ये मेरी खुशी भी है ते मेरा हुक्म भी फैसला तेरे हाथ है भाभी दा हुक्म मनना है या अपनी मर्जी करनी भाभी हाँ पुत गैवी मैं तेरी बीबी बोल रही हूँ तू सारे ठीक हो बीबी असी ते सब ठीक ठाक हाँ तू जोंदा रह पुत तू अपनी राजी खुशी दस मैं तो ठीक हूँ बीबी तेरी बात सुन के काल जे ठंड पेगी बीबी मैं तो इसलिए फोन किया सी के भाई रणजीत सिंह होरां दे घर मैं कई दिनों दा फोन कर रहा उन्हां दा फोन ही नहीं लगता पुत तेनू तो पता ही है इथों दे अग लगदे फोनां दा चल दे घट ते बंद ज्यादा रहंदे ने उहदे दा मोबाइल भी बंद आई जांदा कोई ना तू फिकर ना करी मैं तेरी राजी खुशी दा सुनेहा उत्थे पहुंचा दूं तुसी आए करो बीबी मेरा इथों दा फोन नंबर बदल गया तुसी मेरा नवा नंबर लिख लवो नाले उदे होरां नूं दे देना ठीक है हां हां पुत लिखा लिखा मैनू चल शेरा छेती कर मैं पहुंचा दूं उत्थे हां दस ओ तोतिया किधर उड़ारी मारी जाना है आ की समान जे चक्की फिरदा है ए ता जी रसगुल्ले गुलाब जामना बर्फी छरपी अलम गलम निकड़ सुकड़ जा समान है सालिया तेरे घर केड़े नेणे रोंदे किदे वास्ते लेके चले हैं ए ता जी बीबी जी जगीर कौर जी ने समान मंगाया ओना दा ही समान है ओने केड़ा वड्डियां दा श्राद करना है ओहो श्राद नहीं जी ओना दे घरे ता शहरों परौणे आए है गैबी दे रिश्ते वास्ते ओहो तुसी ते एवें खाम खा मैनू गल्लां चल जा लिया मैं चिंटू दी हड्डी ता होर भी समान लेना सी झोला भी उत्थे पिया ओहो रिश्ता सिरे चढ़े मैनू ਹੁਣ ਇਹ ਬੁੜੀ ਦੂਸਰੀ ਬੈਂਕ ਦਾ ਦਰਵਾਜ਼ਾ ਖੜਕਾਉਣ ਲੱਗੀ ਹੈ ਪਤਾ ਨਹੀਂ ਇਹਨੇ ਹੋਰ ਕਿਹਦਾ ਕਿਹਦਾ ਘਰ ਬਰਬਾਦ ਕਰਾਉਣਾ ਮੇਰੇ ਕੋਲੋਂ ਘਰ ਕੋਈ ਨੀ ਕੀ ਗੱਲ ਕਿੱਥੇ ਗਏ ਨੇ ਸਾਰੇ ਜੀ ਵੀਰਾ ਤਾਂ ਖੇਤ ਗਿਆ ਤੇ ਭਾਬੀ ਪਿੰਡ ਚ ਕਿਸੇ ਦੇ ਘਰ ਗਈ ਹੈ ਦੱਸੋ ਕੋਈ ਕੰਮ ਸੀ ਮੈਂ ਕੰਮ ਤਾਂ ਕੋਈ ਨੀ ਸੀ ਮੈਂ ਤਾਂ ਇਹ ਕਹਿਣ ਆਇਆ ਸੀ ਵੀ ਤੇਰੀ ਹੋਣ ਵਾਲੀ ਸੱਸ ਦੇ ਲੜਨ ਕੱਕੀਆਂ ਕੀੜੀਆਂ ਆਪਣੇ ਮੁੰਡੇ ਨੂੰ ਕਿਤੇ ਹੋਰ ਮੰਗ ਰਹੀ ਹੈ ਅੱਜ ਕੋਈ ਹੋਰ ਬੰਦਾ ਆਇਆ ਉਹਦੇ ਘਰ ਰਿਸ਼ਤਾ ਕਰਨ ਵਾਸਤੇ ਉਹਦੀ ਮਰਜ਼ੀ ਹੈ ਜੀ ਅਸੀਂ ਕੀ ਕਰ ਸਕਦੇ ਹਾਂ ਤੂੰ ਬਹੁਤ ਕੁਝ ਕਰ ਸਕਦੀ ਹੈ ਕੁੜੀਏ ਮੇਰੀ ਗੱਲ ਮੰਨੇ ਤਾਂ ਹੁਣੇ ਉਹਨਾਂ ਦੇ ਪਿੰਡ ਜਾ ਅੱਡਿਓ ਮਿੰਨੀ ਬਸ ਮਿਲ ਜੂ ਪਰ ਮੈਂ ਉੱਥੇ ਉਹ ਤੈਨੂੰ ਆਪਣੇ ਹੱਕ ਲੈਣ ਲਈ ਉੱਥੇ ਜਾਣਾ ਹੀ ਪੈਣਾ ਹੈ ਕੁੜੀਆਂ ਦੇ ਰਿਸ਼ਤੇ ਟੁੱਟ ਜਾਣ ਤਾਂ ਘਰਾਂ ਦੀਆਂ ਇੱਜ਼ਤਾਂ ਰੋ ਜਾਂਦੀਆਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿੰਦੇ ਤੁਹਾਡਾ ਟੱਬਰ ਤਾਂ ਪਹਿਲਾਂ ਹੀ ਰੁੜਿਆ ਫਿਰ ਸਰ मैं दाज दी लिस्ट देख लई है तुसी फिकर ना करो जी मेरी कली कली धी है मैं किसी चीज की कार नहीं आंदांगा पर तुसी ए ता दसो कि तुहाडा मुंडा कदों बारो आ रहा है ओने ता आ ही जाना है जी बस तुसी व्याह दी तारीख पक्की करो रुक जानी ससे आ की जुलम करन लगी है ससे ए कुड़ी कौन है जी ए ए ए ता पागल है जी आज मैं पागल हूं ਉਦੋਂ ਤਾਂ ਮੈਂ ਪਾਗਲ ਨਹੀਂ ਸੀ ਜਦੋਂ ਮੇਰੇ ਸਾਹ ਚ ਸਾਹ ਲੈਂਦੀ ਸੀ ਮੇਰੇ ਪੈਰਾਂ ਹੇਠ ਅੱਖੀਆਂ ਵਿਛਾਉਂਦੀ ਸੀ ਉਦੋਂ ਮੈਂ ਨੂਰ ਸਾਂ ਸ਼ਹਿਜ਼ਾਦੀ ਸਾਂ ਨਹੀਂ ਤੂੰ ਮੇਰਾ ਸਾਥ ਲੈਣ ਲਈ ਕਿਹੜੇ ਕਿਹੜੇ ਪਾਪੜ ਨਹੀਂ ਮਿਲੇ ਸਿਰਫ ਇਸ ਕਰਕੇ ਕਿ ਉਦੋਂ ਮੇਰੇ ਵੀਰ ਖੁਸ਼ਹਾਲ ਸਨ ਉਹਨਾਂ ਕੋਲ ਦੌਲਤ ਸੀ ਜ਼ਮੀਨਾਂ ਸਨ ਅੱਜ ਸਾਡੇ ਤੇ ਮਾੜੇ ਦਿਨ ਆਏ ਨੇ ਤੇ ਤੂੰ ਮੈਨੂੰ ਪਾਗਲ ਦੱਸ ਰਹੀ ਹੈ ਬਕਵਾਸ ਬੰਦ ਕਰਨੀ ਤੂੰ ਸਾਡੇ ਘਰ ਲੈਣ ਕੇ ਆਈ ਹੈ ਤੇਰੇ ਅੰਦਰ ਦੀ ਸੁੱਤੀ ਹੋਈ ਮਾਂ ਨੂੰ ਜਗਾਉਣ ਆਈਆਂ ਤੇਰੀਆਂ ਅੱਖਾਂ ਤੋਂ ਲਾਲਚ ਦੀ ਪੱਟੀ ਲਾਉਣ ਆਈਆਂ ਦੂਰ ਹੋ ਜਾ ਮੇਰੀ ਨਜ਼ਰ ਤੋਂ ਨਿਕਲ ਜਾ ਮੇਰੇ ਘਰੋਂ ਕਿਸਮਤ ਚੰਗੀ ਆ ਮਾਸੀ ਜਿਹੜਾ ਹਾਲੇ ਤੱਕ ਅਸੀਂ ਤੇਰੇ ਨਾਲ ਰਿਸ਼ਤਾ ਨਹੀਂ ਤੋੜਿਆ ਨਹੀਂ ਤਾਂ ਜਿਨ੍ਹਾਂ ਹੱਥਾਂ ਨਾਲ ਤੂੰ ਮੇਰੀ ਭੈਣ ਨੂੰ ਧੱਕਾ ਮਾਰਿਆ ਨਾ
तेरे मैं हाथ तोड़ देने सी। वे तोड़ दे मेरे हाथ, कुट दे मेरी संगी, मार दे मेनू, वे तू खाए चढ़ जा बदमाशा। चुप कर जा मासी, चुप कर जा, किते ना होवे कि मैं सारे रिश्ता भी हाथ टप जा। वे हाथा फेर टपी, पहला इस गल मुही नू संगल पाके रख। एडी नीच ना बन मासी। वे तू मेनू नीच आखे? ना वीरे ना। सानू इस घर चो कदे ठंडी हवा नहीं आनी रावी। की लैण आ गई सी इत्थे मेरी कमलिए भैणे, चल चलिए। ਤੁਸੀਂ ਲੋਕੀ ਕਿੱਥੇ ਚਲੇ ਹੋ ਜੀ? ਉਹ ਲੋਕੀ ਤਾਂ ਵੀ ਬਕਵਾਸ ਕਰੇ ਸੀ, ਮੇਰੀ ਗੱਲ ਤਾਂ ਸੁਣੋ। ਡੈਡੀ, ਇਹ ਔਰਤ ਤਾਂ ਮੈਨੂੰ ਇੱਕ ਨੰਬਰ ਦੀ ਧੋਖੇਬਾਜ਼ ਲੱਗਦੀ ਹੈ। ਠੀਕ ਕਹਿ ਰਹੀ ਹੈ, ਅਸੀਂ ਤਾਂ ਇਹਨਾਂ ਠੱਗਾਂ 'ਚ ਫਸ ਚੱਲੇ ਸੀ। ਚੱਲ ਚੱਲੀਏ ਡੀਅਰ ਡਾਟਰ। ਨਹੀਂ ਸੁਣੋ। ਚੱਲ ਬਈ ਤੋਤਾ ਸਿਆ, ਨੀਵਾ ਨੀਵਾ ਹੋ ਕੇ ਤੂਤਾ ਮਾਰੋ ਡਾਰੀ। ਮੈਂ ਤੈਨੂੰ ਕਿੰਨਾ ਸਮਝਾਇਆ ਪਟਵਾਰੀ ਦੀ ਧੀਏ, ਪਰ ਤੂੰ ਨਾ ਸਮਝੀ। ਮੈਂ ਜਦ ਵੀ ਘਰ ਤੋਂ ਬਾਹਰ ਜਾਇਆ ਕਰਦਾ ਕੋਈ ਨਵਾਂ ਸਿਆਪਾ ਖੜਾ ਕਰਿਆ ਕਰਦੀ ਹੈ। ਵੇ ਖੜ ਜਾ ਵੇ, तेरा स्यापा तो मैं हुणे ही कर दी है। रावी, तू बड़ा चंगा कीता इत्थे आण के। मैं उदे नूं कह देंगी, तू हुण दो चार दिन इत्थे रह, नाले आपां इत्थों गैवी नूं भी फोन करांगे, उहनूं भी दसांगे उहदी मां दीआं करतूतां। मनदीप, उहनूं तां वीरे ने कई बारी फोन करके देख लिया, पर उहदा फोन लगदा ही नहीं। इहदा मतलब है उहदा नंबर बदल गया, ते उहदा नवां नंबर उहदी मां ने तुहानूं नहीं देणा। पर तू बेफिक्र रह, मैं कर दी हां कुछ, ओदे तां वड्डे भी नंबर देंगे। एडी वड्डी गड्डी, एडी सोहणी कुड़ी, वेखा तां भला। आखिर लाभ ही लिया, गैवी दा घर लाभ ही लिया। धीए, तू भला कौन है? मैं गैवी ना पढ़दी सी आंटी जी। आंटी जी, नहीं मैं वारे जावा तेरे आंटी कहते। आजा धीए, आजा, आले फड़, बैजा धीए, बैजा, बैजा। थैंक यू। अच्छा, एक गड्डी तेरी आप भी है? एह जीयां तां तीन चार गड्डियां ने साडे घरे, मापियां दी कली धीआं ते सारी जायदाद दी कली वारिस। धीए, मैं तैथों एक गल पुछां। पूछो आंटी जी। तेरा रिश्ता वगैरह किते होया के? रिश्ता किते आंटी जी, गैवी ने तो मैनू बड़ा ही दुखी किता है। ओदी याद च मैं खून दे अथरू रोईयां, ओदे झूठे लारियां ने तो मेरी जवानी नू रोग ला दिता। तू फिकर ना कर दिए, मैं तो ओदे प्यो दी रेल बना देनी है, गैवी तो शाही की है। रिजिक मेरे घर ठाठा मारदा फिरदा है, ते मैं भी पानी दी घुटले इधर उधर तड़फदी फिरदी है। पिए, तू मैनू एक गल ते दस कि तेरा प्यो मैनू दाज दा मोह मंगया? ओदी तुसी फिकर ना करो आंटी जी, जिन्ना तुसी कहो ओदे नालो वध। पर तुसी मेरे डैडी नू एक बार मिलो ता सही। मैं कल ही आ जानी है। नहीं आंटी जी, पहला मैं गैवी नाल गल करना चाहनी है। जम जम कर दिए, सौ बार कर। करां ते किवें करां, तुसी आप दसो, मेरे कोल ते ओदा फोन नंबर भी नहीं हैगा। ले नंबर दी केड़ी गल है, मैं तेनू हुणी लिया के देनी है। तू बैठ, मैं हुणी आई। बुड़ी नू कर ही लिया काबू च। लफड़ नना ने लाड लिए फोन, ते कर ओदे नाल गल। हेलो हेलो कैवी, रावी कैवी, छेती वापस आ जा। आए हाय, ओ किथे मर गया है? ओ कपड़े पौण गया है कि सवौण बह गया? ओए होए, मिंता तेरियां कालियां ने मार लिया पटवारी दिए धीए, तैयार होया करदा। बे तू हुण तक की करदा पिया सी एनी देर दा? पग बंदा सी, शीशा देखदा सी। शीशा देखदा सी ना, तेरी हुस्न जवानी च कोई फर्क नहीं पैन लग गया। चल तुर हुण। अब मेनू ऐ ता दस दे, मेनू आ सजा संवार के किधर लेके चली है? वे तू घबरा ना, तेनू मोगे वाली मंडी च बेच के नहीं आउंदी, तेरी ता किसी ने दवानी भी नहीं देनी। चल तुर हुण। तुर पाना,
हे रब्बा बचाई मैनू। पर मास्टर दारा सिया सियाने कहा करते है कि जेड़ा तिमी पिछे लग गया वह ना कदी बचिया। चल प संधु साहब, संधु साहब, ओ जी महाराज, संधु साहब। हाँ जी दसो, मैं हाँ संधु। संधु साहब तुसी पैरी पै जा, चुटवा जा, खड़ा की वेखी है ना वे पैरी पै जा। तुसी कौन हो? मैं तो पैरी पैना है जी, इन्हें रखे ही मेनू इस काम लई है, जिथे कह दे करती है पै जा करदा। चुप कर। पर तुसी मेनू ए तां दसो तुहानू काम की है? मेरा पुत्र ना जी बाहरले मुल्क गया होया, बस तुसी उसनू अपना पुत्र बना लो। की गल, तुसी पुत वेचदे फिरदे हो? तुसी ठीक आख्या डैडी जी, ए लोग अपने पुत्र नू ही वेचन तुरे होए ने। पहला तां इन्हां ने इक थां ते वेचिया सी, ओथे मूहो मंगिया मुल नहीं मिलिया, ते हुण दूजी थां ते वेचण आए ने। ए तू की कह रही धी राणीए? धी राणी? कदे रावी वी तां तेरी धी राणी सी, नूर सी तेरी अखां दा। डैडी ए ओ औरत है जिहड़ी अपने मुंडे दा रिश्ता किसे कुड़ी दे नाल नहीं दाज नाल करना चाहुंदी है। पहला तां इहने उहदे दी भैण दे नाल अपना मुंडा मंगिया, ते जदों उहनां दे दिन माड़े आ गए ते फिर साडे घर हाथ अड्डण आ गई। नहीं तूं मैनूं ए दस, जे साडे दे दिन माड़े आ गए फिर तू किथे जाएंगी, केड़ी मंडी च वेचेंगी तू अपने मुंडे नूं? दस। संधु साहब तुसी अपनी धी नूं रोको तां सही। नो नो, मैं अज तक अपनी धी नूं कदे वी कोई चंगी गल करन तों नहीं रोकिया। संधु साहब बेइज्जती कोई ज्यादा होया करती है। बेइज्जती? बेइज्जती तां उहनां लोकां दी हुंदी है जिन्हां दी कोई इज्जत होवे, ते तुहाडे वर्गे लोकां नूं तां इज्जत दा मतलब ही नहीं पता। अज मैं तुहाडा ओह हाल करांगी कि फिर तुसी किसी दी धी दे घर जाण जोगे बिलकुल वी ना रहोगे। मेरी गल तां सुणती है। नहीं हुण तू की सुनाउणा चाहुंदी है फफे कुटणीए? जे तेरे घर कोई धी हुंदी ते फिर मैं वेखदी तू किवें अड्डियां चुक चुक के गल्लां करदी। जेड़े गरीब मापे तुहाडे वर्गे लालची लोकां दा मुंह नहीं भर सकदे, उहनां दीआं धीआं सारी उम्र घर बैठीआं बुढ़ियां हो जांदीआं। पर पुत बई, चल बुढ़िया तू तां इत्थों निकल निकल, चल नहीं तू ही निकल। धीए मेरी गल सुन, जस्ट गेट आउट, मेरी गल निकल इत्थों, दफा हो जा। शाबाश धीए शाबाश, मैनूं माण तेरे उत्ते। ਅੱਜ ਤੇਰੇ ਨਾਲ ਠੀਕ ਹੋਇਆ ਕਰਦੀ ਹੈ ਜਗੀਰ ਕੌਰੇ, ਮਿੱਤਰਾਂ ਨੂੰ ਤੂੰ ਟੱਕਰੀ, ਤੈਨੂੰ ਟੱਕਰੀ ਭਰਿੰਡ ਵੱਢ ਖਾਣੀ, ਸਵਾਦ ਆ ਗਿਆ ਕਰਦਾ ਮਾਟ। ਕੈਵੀ ਮੇਰਾ ਪੁੱਤਰ, ਨਾ ਚਿੱਠੀ ਨਾ ਪੱਤਰ, ਤੂੰ ਕਦ ਆਇਆ ਕਰਦਾ? ਮੈਂ ਆਇਆ ਨੀ ਪਾਪਾ ਜੀ, ਬੁਲਾਇਆ ਗਿਆ। ਪੁੱਤਰ ਮੈਂ ਤਾਂ ਨਹੀਂ ਤੈਨੂੰ ਬੁਲਾਇਆ। ਮੈਨੂੰ ਤੂੰ ਨਹੀਂ ਬੀਬੀ, ਰਾਵੀ ਨੇ ਬੁਲਾਇਆ। ਰਾਵੀ? ਵੇ ਕਿਹੜੀ ਰਾਵੀ? ਵਾਹ ਵਾਹ ਬੀਬੀ ਵਾਹ, ਐਡੀ ਛੇਤੀ ਰਾਵੀ ਨੂੰ ਭੁੱਲ ਗਈ? ਇਹਨੂੰ ਕੁਛ ਵੀ ਯਾਦ ਨਹੀਂ ਹੋਇਆ ਕਰਦਾ ਪੁੱਤਰ, ਇਹਨੂੰ ਯਾਦ ਕਰਾ, ਇਹ ਮੇਰੀ ਥਾਂ ਥਾਂ ਤੇ ਬੇਇੱਜ਼ਤੀ ਕਰਾਇਆ ਕਰਦੀ ਹੈ। ਵੇ ਤੂੰ ਵੀ ਬੋਲਣ ਲੱਗ ਪਿਆ, ਮੈਂ ਤੁਹਾਡਾ ਭਲਾ ਕੀ ਬੁਰਾ ਕਰਦਾ? ਬੁਰਾ ਤਾਂ ਤੂੰ ਉਹਨਾਂ ਦਾ ਕਰ ਰਹੀ ਹੈ ਬੀਬੀ, ਜਿੰਨਾ ਕਰਕੇ ਮੈਂ ਅੱਜ ਇੱਥੇ ਤੱਕ ਪਹੁੰਚਿਆ, ਤੇ ਜੇ ਅੱਜ ਉਹਨਾਂ ਤੇ ਮਾੜੇ ਦਿਨ ਆ ਗਏ ਤਾਂ ਤੂੰ ਆਪਣਾ ਚੈੱਕ ਕੈਸ਼ ਕਰਾਉਣ ਲਈ ਦੂਜਾ ਬੈਂਕ ਲੱਭਣ ਤੁਰ ਪਈ। ਕੀ ਦੇ ਵਾਸਤੇ ਓਏ, ਕੀ ਦੇ ਵਾਸਤੇ ਓਏ? ਤੇਰੇ ਲਈ ਨਲਾਇਕਾ, ਜਨਾਨੀ ਮਿਲਣੀ ਤੈਨੂੰ, ਦਾਜ ਮਿਲਣਾ ਤੈਨੂੰ, ਮੈਂ ਕਿਹੜਾ ਮੈਂ ਆਪਣੀ ਛਾਤੀ ਤੇ ਰੱਖ ਕੇ ਲੈ ਜਾਣਾ? ਮੈਂ ਅੱਜ ਦੇ ਜ਼ਮਾਨੇ ਦਾ ਇਨਸਾਨ ਹਾਂ ਬੀਬੀ, ਤੇ ਦਾਜ ਦੇ ਇਸ ਕੋੜ ਤੋਂ ਮੈਂ ਕੋਹਾਂ ਦੂਰ ਹਾਂ। ਵੇ ਤੇਰੇ ਅੱਜ ਦੇ ਜ਼ਮਾਨੇ 'ਚ ਕੌਣ ਦਾਜ ਨਹੀਂ ਲੈਂਦਾ? ਆ ਸਾਰੇ ਵੱਡੇ ਵੱਡੇ ਲੀਡਰ ਮੰਤਰੀ ਸਾਰੇ ਦਾਜ ਲੈਂਦੇ ਵੀ ਨੇ ਤੇ ਦਿੰਦੇ ਵੀ ਨੇ, ਆਪਣੇ ਜਵਾਕਾਂ ਦੇ ਵਿਆਹ 'ਚ ਕਰੋੜਾਂ ਰੁਪਏ ਪਾਣੀ ਵਾਂਗੂ ਵਹਾ ਦਿੰਦੇ ਨੇ। ਹੁਣ ਮੈਂ ਵੀ ਕੋਈ ਦੂਜਾ ਘਰ ਲੱਭਣਾ ਦਾਜ ਲਈ, ਤੇ ਤੂੰ ਪੁੱਤਰ ਵੀ ਹੋਰ ਲੱਭ ਲੈ। ਮੈਂ ਰਾਵੀ ਨਾਲ ਵਿਆਹ ਕਰਾ ਕੇ ਉਸ ਨੂੰ ਆਪਣੇ ਨਾਲ ਬਾਹਰ ਲੈ ਜਾਵਾਂਗਾ, ਤੇ ਸਾਰੀ ਜ਼ਿੰਦਗੀ ਮੈਂ ਤੈਨੂੰ ਆਪਣਾ ਮੂੰਹ ਨਹੀਂ ਦਿਖਾਉਂਗਾ। ਅੱਜ ਤੋਂ ਮੈਂ ਤੇਰੇ ਲਈ ਮਰ ਗਿਆ, ਤੇ ਮੇਰੇ ਲਈ ਨਹੀਂ ਪੁੱਤੇ, ਰੁਕ ਜਾ ਪੁੱਤੇ, ਰੱਬ ਦੇ ਵਾਸਤੇ ਰੁਕ ਜਾ, ਨਹੀਂ ਨਾ ਨਾ ਪੁੱਤ ਨਾ। ਹੁਣ ਕਿਉਂ ਰੋਕਿਆ ਕਰਦੀ ਹੈ? ਤੈਨੂੰ ਮੂੰਹ ਤੇ ਪੁੱਤ ਥੋੜੀ ਚਾਹੀਦੇ ਨੇ, ਤੇਰੇ ਤਾਂ ਦਾਜ ਚਾਹੀਦਾ ਦਾਜ। ਪੁੱਤ ਆ ਮੇਰੇ ਜੋੜੇ ਹੱਥਾਂ ਵੱਲ ਦੇਖ, ਵੀ ਮੈਨੂੰ ਜੱਗ ਦਾ ਤਮਾਸ਼ਾ ਨਾ ਬਣਾ, ਮੈਨੂੰ ਮੈਨੂੰ ਛੱਡ ਕੇ ਨਾ ਜਾਈ ਪੁੱਤਾ, ਮੈਨੂੰ ਛੱਡ ਕੇ ਨਾ ਜਾਈ ਵੇ। ਮੈਨੂੰ ਰਾਵੀ ਬਾਰੇ ਆਪਣਾ ਫੈਸਲਾ ਦੱਸ ਬੀਬੀ। ਪੁੱਤਰ ਜੋ ਤੂੰ ਕਹੇ, ਮੈਨੂੰ ਤੇਰਾ ਹਰ ਫੈਸਲਾ ਮਨਜ਼ੂਰ ਹੈ ਪੁੱਤਰ, ਜਿਵੇਂ ਤੇਰੀ ਮਰਜ਼ੀ। ਤਾਂ ਫਿਰ ਠੀਕ ਹੈ ਬੀਬੀ,
तू कल रावी की भाभी को जा ते मेरे विह का दिन पक्का करके आ ते नाले अपने किते की माफी मांग के आ। असी ता दोवें जी थोथो माफी मंगण आए आ। असी दोवें नहीं, कल्ली तू जो गलती करया करता ओही माफी मंगया करता। निर्मल कुरे, मैं ता ए कहण आई आ कि सुख नाल गैवी कर वापस आ गया। निकी तोड़ता जीवन जोगी है। देखो जी, भांडा भावें टुट जे दिल नहीं टुटना चाहिए। हुण तुहाडा की हुक्म है मासी जी? ओ मैं हुक्म की करना है, जो मेरे पुत दी खुशी ओही मेरी खुशी। सारी तैयारी ता तुसी करनी है बच्चा, दिन भी तुसी दस दो। फिर आपा जरा देर ना करिए। जेवे थोड़ी मर्जी। एक मिनट जरा गल ता सुनी। आ लिस्ट रख ले, देख ना पुत, जे कुड़ी सोरे घर जाके जज दा लावे पावे ना ता की फायदा। नाले चीजा ता मेनू लोका ने होर बथेरी आखे सी, पर मैं उन्हां नू कह देता कि मैं उन्हां ते बहुता ज्यादा बोझ नहीं पौना, क्योंकि हुण थोड़ी ओ गल नहीं रही। गल ए आ मासी कि इन्ना सब कुछ इकट्ठा कर ले, मैनू कुछ दिनां दी मोहलत चाहीदी। कोई ना कोई ना, ਗੈਵੀ ਪੁੱਤ ਹਜੇ 2 ਮਹੀਨੇ ਇੱਥੇ ਹੀ ਹੈ, ਤੂੰ ਫਿਕਰ ਨਾ ਕਰ। ਉਹਦੇ ਪੁੱਤਰ ਆ ਲਿਸਟ ਮੈਨੂੰ ਦੇ ਦਿਆ ਕਰਦੇ, ਸਾਨੂੰ ਕੁਝ ਨਹੀਂ ਚਾਹੀਦਾ। ਵੱਡਾ ਪਟਿਆਲਾ ਵਾਲਾ ਰਾਜਾ ਨਾ ਹੋਵੇ ਤਾਂ ਸਾਨੂੰ ਕੁਝ ਨਹੀਂ ਚਾਹੀਦਾ। ਤੁਸੀਂ ਮਾਸੀ ਫਿਕਰ ਨਾ ਕਰੋ, ਤੁਹਾਨੂੰ ਸਭ ਕੁਝ ਮਿਲੇਗਾ। ਇਹ ਲਿਸਟ ਨਾ ਪੁੱਤ, ਤੂੰ ਧਿਆਨ ਨਾਲ ਵੇਖ ਲਈ, ਜੇ ਇੱਕ ਚਮਚਾ ਵੀ ਕੱਟ ਗਿਆ ਨਾ ਤਾਂ ਗੱਲ ਵਿਗੜ ਜਾਣੀ ਹੈ। ਚੱਲ ਤੁਰਦਾ ਬਣ ਹੁਣ। उदय, तू दाजली हां किदा करती? उस रब दे आसरे भाभी। भाभी ओ चा, तू क्यों उदास हुनी है? ले चा मैं पी लेनी है। ले एक कप मेनू भी दे दे। तुसी देखियो भाभी, आपा अपनी रावी दा ब्याह पूरी शान नाल करना। तुसी किसे ने पैसा दी फिक्र बिल्कुल नहीं करनी। एडी रकम की ना लईदा? राम 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 कर काका, असी इन्ने जोगे किथे? आ तू ता आप देख, असी ता सारे दा डंग सारना हुंदा। आ तेरे वर्गे जड़े बाहर बैठे ने, इन्हां नूं वी ता मैनूं कुछ देना पैणा। सेठ जी, असी लोकां ने भी होर किथे जाणा, मुल्ला दी दौड़ आखर मसीत तक। ओ ता ठीक है भाई, की कहिंदा हुण तू देख, 13वां महीना अजकल ता पैसा बंदा मारे ते नहीं लभदा, बाकी तू आप सियाणा। तैनूं पता असी पैसा फसल दे हिसाब नाल देईदा, ते 2.5 लाख दी तेरी फसल होनी है, ते 1.5 तो उपर तू पहले फड़ी बैठा। हाँ, ती त्याणी दे कालज दी गल है, जिन्ने जोगे असी है तेरे नाल खड़े। 50,000 चाहिदा हो ता जरूर दसी काका। उदे, आज सीरी नहीं आया? ओनू मैं जवाब देता भाभी। जवाब देता? अब पैसे का दे गिनदा पिया तू, कित्थों लेके आया? ओ मैं ट्रैक्टर ट्राली बेचते। अच्छा, ते तू सीरी नू भी ऐसे करके जवाब दे देता ताकि रवि दे व्याह लई पैसे इकट्ठे हो सकन। उदे, तू खेती दा सारा काम कल्ला किवें करेगा? ओ तो भाभी एवे ही फिक्र करी जानी है, तेरे लाड प्यार च दुध मखना पली अड्डी दे होर किथे काम आऊ। सब किस्मतां दी खेड़ है, नहीं ते सारे काम तेरे करन वाले किथे सी? ए ता जट दी होनी है भाभी, जे असी मिट्टी नाल मिट्टी ना होइए, रातां नू जाग जाग खेतां नू पानी ना लाइए, ते ए सारा हिंदुस्तान रोटी कित्थों खाऊ।
उदय आ दो खुराकां दित्तियां डॉक्टर ने, एक हुण लै लै एक सवेरे लै लई। तैनूं मैं किन्नी वारी कहा कि कल्ला इन्ना काम ना कर, पर तू मेरी एक नहीं मन्नी। रातां नूं पानी लाउणा कोई सौखी गल है? मैं दुध लैके आउनी हाँ, डॉक्टर ने रोटी खाण तो मना किया, दवाई दे दे इहनूं। बस वीरे बहुत हो गया, हुण मैं तैनूं अपने आप ते होर जुलम नहीं करन देने। ओ कमली ना होवे तां तू क्यों रोण लग पई है? अपनी किस्मत नूं रोनी आ, एक भरा तां उस चंद्री जमीन ने खा लिया ते दूजा मेरे माड़े कर्मां वाली। ऐ बोली दा रावी, एहो जी गल दोबारा मुंहों ना कड्डी। मेरे हुंदिया तेरे कर्म माड़े हो सकदे आ? जिहड़ियां भैणां अपने वीर दे सिर ते भार बन जाण, जिन्हां दे दाज खातर वीर अपने आप नूं तसीहे देण लगण, ओह करमां सड़ियां ही हुंदियां ने। अज मैं एक फैसला कर लिया वीरे, मैं उस घर व्याह नहीं करवाउणा। ਉਹਨਾਂ ਨੂੰ ਤੇਰੀ ਭੈਣ ਨਹੀਂ ਸਿਰਫ ਦਾਜ ਚਾਹੀਦਾ। ਚੁੱਪ ਕਰ ਜਾ ਰਾਵੀ, ਇਹੋ ਜੀ ਗੱਲ ਅੱਜ ਬੋਲ ਦਿੱਤੀ ਹੈ, ਦੁਬਾਰਾ ਨਾ ਬੋਲੀ। ਇੱਜ਼ਤਾਂ ਵਾਲੇ ਭਰਾਵਾਂ ਦੀਆਂ ਭੈਣਾਂ ਦਾ ਨਾਂ ਜਿੱਥੇ ਇੱਕ ਵਾਰ ਜੁੜ ਜਾਏ ਉਹਨਾਂ ਦੀ ਡੋਲੀ ਵੀ ਉਸੇ ਘਰੇ ਜਾਂਦੀ ਹੈ। ਪਰ ਵੀਰੇ ਮੈਂ ਬਸ, ਹੋਰ ਕੋਈ ਸਵਾਲ ਨਾ ਕਰੀ। ਤੈਨੂੰ ਬਾਈ ਜੀ ਦੀ ਸਹੁੰ ਦੇ ਅੱਗੇ ਤੋਂ ਇਹੋ ਜੀ ਗੱਲ ਕੀਤੀ ਤਾਂ। ਹੁਣ ਤੇਰੀ ਸਿਹਤ ਕਿਵੇਂ ਉਹਦੇ? ਅੱਜ ਡਾਕਟਰ ਨੂੰ ਚੈੱਕ ਕਰਵਾਇਆ ਸੀ, ਕਹਿੰਦਾ ਹੁਣ ਠੀਕ ਹੈ। अच्छा उदय, तू गैवी ना क्यों नहीं गल करदा? क्यों दी माँ ना कुछ मांगदी है? इस तरह चंगा नहीं लगता मनदीप, की कहिए कि असी कुड़ी नूं कुछ दे नहीं सकते। फिर चंगे माड़े दिन तां आउंदे जांदे रहिंदे ने, रावी दा व्याह तां इक्को वारी होणा है ना, ते मैं नहीं चाहुंदा कि व्याह विचों कोई नाराज जावे। पर दसां नूहां दी कमाई नाल दाज नहीं दित्ते जांदे उदय, इहो जिहे टाइम ते किसे अपने दी मदद लै लैणी चाहीदी है। तू ऐं कर, तू मेरे डैड नाल गल कर। मैनू यह सलाह ना दे मनदीप, मैं मान ही नहीं सकता। क्यों नहीं मान सकता? वैसे भी व्याह तो बाद मेरा सब कुछ तेरा ही तो है। पर मनदीप, साडे परिवार विच ना तो मुंडे नू ब्लैंक चैक समझा जांदा, ते ना ही साडे खानदान विच कोई जगीरो मासी है। हुण मैं लगूंगी सोहणी, सब तो सोहणी। जगीर कौरे, जिन्ना मर्जी जोर ला लै, आए नहीं जवानी आया करदी। हुण तेनू मनना ही पैणा है भी तू बुढ़ी हो गया करदी है। वे बुढ़ा होएगा तू, जिहड़ा ए विंगा जा होके तुरदा है। चल असी बुढ़े सही, भला तू क्यों बुढ़ी होना है? चिन्नी तेरा 5 रुपए वाला पैकेट जा चलदा है। अच्छा मैनू आए दस, गैवी कित्थे है? ओहदा फोन आया सी, हजे 2 क दिन होर लगनगे, चंडीगढ़ गया अपने यारा नू व्याह दे कार्ड वंडन। अच्छा अच्छा, व्याह कादा? तेनू ता चा चढ़िया ते कुड़ी वालिया नू वक्त पा रखे। ले वक्त कादा? अगलिया ने जो देना है अपनी धी ते जवाई नू ही देना है। मैं सारा पता कर ले, उदय लग्या होया प्रबंध करन। कुछ भी हो जे मैनू पूरा विश्वास है उत्थो अपन नू सारा समान आना है, पावे उन्हें कुछ भी करना पावे। ए लिस्ट ना पुत्र, तू ध्यान नाल वेख ली, जे एक चमचा भी कट गया ना ता गल बिगड़ जानी है। चिड़िया पैणा अपने वीर दे सिर ते भार बन जाण, जिन्हां दे दाज खातर वीर अपने आप नूं तसीहे देण लगण, ओ करमां सड़ियां ही हुंदियां ने। क्यों ना पुछ?
मैं पूछांगी जरूर तो तू दसेगा भी जरूर। सचो सच दस किथे चले तू? चोरी करन चले, डाका मारन चले, ते लुटन चले किसे दौलतमंद नु। होश कर उते होश कर, बिन कल का सूरज तेनु चोर ते डाकू कहेगा। क्यों क्यों तू अपने मां बाप के सास सुथरे लहू च जहर खोलन चले? रावी दा काटा बाजेगा ना? नहीं उधर नहीं, चोरी ना लुटिया पैसा त्रेल दे तुपकिया वांग हुंदा है। चोर दा कर कदे नहीं बसता, कदे दीवानी बलदा उस घर विच। पर दौलत दी रोशनी उस दिया सारिया बुराइया टक लेंदिया पापी। दौलत मंद नू इत्थे कोई चोर नहीं कहिंदा, चोर ठग डाकू जिहे लफ्ज़ तां सिर्फ गरीब वाले बने, सिर्फ गरीब वाले। मैनू अपने रब ते पूरा भरोसा है, सब कुछ ठीक हो जाएगा उदे। तू भी उस रब ते भरोसा रख। गरीब दा तां कोई रब भी नहीं हुंदा भाभी, तेरे उस रब नू साडी कोई परवाह नहीं। मैनू तां लगता रब है ही नहीं, लोकी आवे पत्थरा अगे मत्था रगड़ी जांदे। खबरदार खबरदार, उस परमात्मा के खिलाफ एक लफ्ज़ भी बोलिया था, तेरा यकीन एडा कमजोर हो गया कि उस परमात्मा के खिलाफ तेरे अंदर इतना जहर भर गया। माफी मांगो सब तो, माफी मांगो सब तो, जेड़ा अपने प्यारे की अरदासा सुन के अटक वर्गे दरियावां दे तेज फड़न नूं वी ठल पा दिंदा है। माफी मांगो उस तों। भाभी ओ बख्शण हारे, ते तू इह क्यों भुल जांदा है कि तीआं त्याणियां दे कारजां विच उस सच्चा रब आप सहाई हुंदा है। ओ भाभी, रावी किथे चल गए? भाभी जी उदे की होया? आपा मुकदमा जित गया भाभी, जमीन दा फैसला अपने हक विच हो गया। मैं तां प्रॉपर्टी डीलर नाल भी गल कर आया, 10 करोड़ रुपया तां परों मिल ही जाऊ। ठीक है, हुण सानू साडा सब कुछ वापस मिल जाएगा। देखिया मैं तैनूं कहा सी ना, उस परमात्मा ते भरोसा रख, सब कुछ ठीक हो जाएगा। उस परमात्मा ने सब कुछ ठीक कर दिता। हे वाहिगुरु, तेरा लख लख शुक्र है। वाह भरा, हुण तां इहो जे जेड़े अपने दो दो भरावां नूं मरवा के इत्थे बैठे हैं। ओए मेहंदियां लगियां, बाजे बज गए, ते तुसी तुसी इत्थे बिजू बने बैठे हो। ओए तू नहीं जानदा मस्या, असीं ओहदा की हाल करांगे? ओए तुसी कुछ नहीं कर सकदे, बगाना पुत तुहाडे दो दो भरावां नूं मार के परी हो के तुहाडी जमीन दा कब्जा लै गया है, ते ओह जमीन हुण उहने 10 करोड़ दी बेची है, 10 करोड़ दी। मस्या तू नहीं जानता साड़िया स्कीमां नूं, असीं सप्प तां मारनियां ते डांग वी टुटण देनी। ओ सप्पां नूं मारन वाले डांगां दी परवाह नहीं करिया करदे, जे दुश्मन तों बदला लैणा होवे तां उहनूं इहो जिहा फट दिओ कि सारी उमर लहू टिप टिप वगदा रहे। जे कुछ करना है तां अज ही मौका है। ओहदी भैण दा घर वसण तों पहलां उजाड़ दिओ, मैं तुहाडे नाल आं। जगीरो दे वेड़े च डोली पहुंचण तो पहला पहला तैनू लड़न कक्कियां कीड़ियां। Thank you.
हेलो जन्म चंगे काम करनी हूं तू तो मसा सिंह नहीं मसा रंगड़ है रंगड़ ज्यादा लालच नहीं करया कर दे तेरे सारे चा पूरे करते बीबी तू तू हमेशा मेनू एक चेक समझिया ते तेरा एक चेक कैश भी हो गया पर तेनू किसे ने ए नहीं दसिया के चेक एक बारी कैश होन तो बाद कदे कदे वापिस नहीं हुंदा बीबी Oh, yeah!
सारा समान चेक कर ला मासी, एक चमचा भी घट नहीं। पर तेरे दाज दी लिस्ट विच ता मेरी भैन दा नाम ही नहीं सी।